ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਰੀ ਹੈਪੀ ਇੰਟਰਨੈਸ਼ਨਲ ਵੂਮਨਸ ਡੇ ਜੀ ਸਾਰਿਆਂ ਨੂੰ ਆਈ ਥਿੰਕ ਇਟ ਇਜ਼ ਮੰਨਦੇ ਹਾਂ ਕਿ ਹਰ ਰੋਜ਼ ਹੋਣਾ ਚਾਹੀਦਾ ਮੰਨਦੇ ਹਾਂ ਕਿ ਹਰ ਰੋਜ਼ ਹੁੰਦਾ ਹੈ ਪਰ ਕੋਈ ਹਰਜ਼ ਨਹੀਂ ਇੱਕ ਦਿਨ ਖਾਸ ਤੌਰ 'ਤੇ ਅਗਰ ਅਸੀਂ ਸੈਲੀਬ੍ਰੇਟ ਕਰੀਏ सारे यू नो पूरे वर्ल्ड विच आज वुमेन्स डे मनाया जा रहा है और बिल्कुल डिफरेंट डिफरेंट तरीक़े नाल मनाया जा रहा है एक एज अ डे बट ओवरऑल एक रिमाइंडर है कि जड़िया पुश्तां तो असी पूरी तरह हक नहीं दिते औरतां नूं इट्स टाइम इट्स हाई टाइम कि उन्हां नूं पूरी तरह अपना साथी मन के यू नो अगे वध्या जाए सो बड़िया सारिया डिस्कशनज लगता है कि वुमेन्स डे दे उत्ते करन वालियां मेरा दिल चाहता है कि बहुत सारिया डिफरेंट डिस्कशनज है जिहड़ियां डेफिनेटली करन वालियां पर जस्ट टू कीप इट सिंपल मैं आज खास तौर पर जस्ट लेट मी नो कि यू आर रेडी टू सेलिब्रेट वुमेन यू नो प्लीज़ सारी वुमेन और पहले तो थैंक यू सो मच आई एम सराउंडेड बाय स्ट्रोंग and very kind woman all around me friends which family which thode wanging friends jede sare gal baat te ikatthe hunde aan unna de rahi itna kuch hai jede inne examples milde aan jadon ke koi vi sthiti jadon meri zindagi ch aandi hai koi conflict aanda hai koi chanda mainu lagda hai flane ne inch kita si mainu vi karna chahida hai mainu utsaah milda ohde to so thank you so much for that बाकी इस ग्रुप दे मर्द भी औरतां भी सारयां नूं रिक्वेस्ट है अज कि जरूर कॉल करके ए दसो तुसी किन्ने रेडी हो टू सेलिब्रेट वुमेन एंड देखो सिंपल रखदे आं सिंपल ए रखदे आं कि सिर्फ मैनूं ए दसो अज दे दिन लंबियां गल्लां जरूर करांगे करदे रहांगे करनियां जरूरी भी हैं पर अज दे दिन केड़ी इक चीज़ है ਜਿਹੜੀ ਤੁਸੀਂ ਕਰ ਸਕਦੇ ਹੋ ਜਾਂ ਕਮਿਟ ਕਰ ਸਕਦੇ ਹੋ ਵੁਮੈਨ ਔਰਤਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਭਾਵੇਂ ਉਹ ਔਰਤ ਤੁਸੀਂ ਸੋਚ ਕੇ ਦਿਮਾਗ ਦੇ ਵਿੱਚ ਆਪਣੇ ਇਰਦ ਗਿਰਦ ਦੀ ਔਰਤ ਹੋਏ ਆਪਣੇ ਨੇੜੇ ਦੀ ਹੋਏ ਔਰ ਇਨ ਜਨਰਲ ਵੁਮੈਨ ਹੋਏ ਇਨ ਜਨਰਲ ਔਰਤਾਂ ਦੇ ਬਾਰੇ ਕੁੜੀਆਂ ਔਰਤਾਂ ਸੋ ਕੋਈ ਇੱਕ ਐਸੀ ਚੀਜ਼ ਜਿਹੜੀ ਤੁਸੀਂ ਅੱਜ ਦੇ ਦਿਨ ਹੀ ਜ਼ਰੂਰ ਕਰੋਗੇ ਜਾਂ ਕਮਿਟ ਕਰੋਗੇ ਕਿ ਮੈਂ ਇਹ ਕਰ ਸਕਦਾ ਕਰ ਸਕਦੀ ਹਾਂ ਸੋ ਪਲੀਜ਼ ਕਾਲ ਮੀ ਵਿਦ ਦੈਟ ਆਈ ਨੋ ਜਸਟ 2 ਮਿੰਟ ਉਸ ਚੀਜ਼ 'ਤੇ ਲਗਾਓ ਸੋਚਣ ਵਾਸਤੇ ਕਿ ਫਿਲੋਸਫੀ ਬਹੁਤ ਅੱਛੀ ਹੈ ਹਰ ਚੇਂਜ ਦੇ ਪਿੱਛੇ ਫਿਲੋਸਫੀ ਜ਼ਰੂਰੀ ਹੈ ਥੋਟ ਜ਼ਰੂਰੀ ਹੈ ਬਟ ਕਿਸੇ ਨੇ ਸਹੀ ਕਿਹਾ ਕਿ ਜਦ ਤੱਕ ਥੋਟ ਨਾਲ ਐਕਸ਼ਨ ਨਾ ਆਏ ਸਾਡਾ ਜਿਹੜਾ ਕਰਮ ਨਾ ਆਏ ਉਹ ਥੋਟ ਨੂੰ ਇੱਕ ਸ਼ੇਪ ਨਹੀਂ ਮਿਲਦੀ ਸੋ ਜੇ ਥੋਟ ਯੂ ਨੋ ਇੱਕ ਮੁੱਢ ਹੈ ਕਿਸੇ ਵੀ ਚੇਂਜ ਦਾ ਕਿਸੇ ਵੀ ਤਬਦੀਲੀ ਦਾ ਪਰ ਉਹਦਾ ਉਸ ਵੱਲ ਐਕਸ਼ਨ ਜਿਹੜਾ ਹੈ ਉਹਦੀਆਂ ਬਾਹਾਂ ਹੈ ਉਹਦੀਆਂ ਯੂ ਨੋ ਉਹ ਟੂਲਸ ਹੈ ਸੋ ਉਹਦੇ ਬਿਨਾਂ ਵੀ ਨਹੀਂ ਸੋ ਬੋਥ ਆਫ ਦੈਮ ਹੈਵ ਟੂ ਗੋ ਟੂਗੈਦਰ ਸੋ ਮੈਂ ਅੱਜ ਐਕਸ਼ਨ ਵਾਸਤੇ ਰਿਕੁਐਸਟ ਕਰ ਰਹੀ ਹਾਂ ਕਿ ਅੱਜ ਅਸੀਂ ਇੱਥੇ ਬੈਠ ਕੇ ਇੱਕ ਐਕਸ਼ਨ ਜ਼ਰੂਰ ਜਾਂ ਕਰੀਏ ਜਾਂ ਕਮਿਟ ਕਰੀਏ ਕਿ ਇਹ ਅਸੀਂ ਅੱਜ ਜ਼ਰੂਰ ਕਰਾਂਗੇ ਸੋ ਕੀ ਹੈ ਇਟ ਕੈਨ ਬੀ ਟੋਟਲੀ ਸਿੰਪਲ ਸਿੰਪਲ ਬਿਲਕੁਲ ਕਿ ਯੂ ਨੋ ਇਸ ਤਰ੍ਹਾਂ ਦੀ ਥੋਟ ਮੈਂ ਇਹ ਆਪਣੇ ਅੱਜ ਤੋਂ ਮੈਂ ਇਹ ਜ਼ਰੂਰ ਔਰਤਾਂ ਵਾਸਤੇ ਕਰਾਂਗੀ ਔਰ ਉਸ ਵੀ ਕੈਨ ਟੇਕ ਇਟ ਟੂ ਅ ਬਿਗਰ ਲੈਵਲ ਕਿ ਕੋਈ ਕਮਿਟਮੈਂਟ ਕਿ ਜਿਹੜੀ ਵਿਮੈਨ ਇੰਪਾਵਰਮੈਂਟ ਵਾਸਤੇ ਔਰਗਨਾਈਜੇਸ਼ਨਸ ਹੈ ਉਹਨਾਂ ਵਾਸਤੇ ਅਸੀਂ ਪੈਸਾ ਜਾਂ ਟਾਈਮ ਜਾਂ ਕੋਈ ਐਫਰਟ ਪਾਵਾਂਗੇ ਯੂ ਨੋ ਸੋ ਕਿਤੇ ਵੀ ਕੋਈ ਵੀ ਬਿਕੋਜ਼ ਇੱਕ ਦੇ ਵਾਸਤੇ ਕਰਨਾ ਆਈ ਥਿੰਕ ਵੁੱਡ ਬੀ ਸਮੂਹ ਹੋ ਕੇ ਮਤਲਬ ਇਕੱਠਾ ਹੋ ਕੇ ਬਹੁਤ ਜ਼ਿਆਦਾ ਸਾਡੀ ਪਾਵਰ ਹੋਏਗੀ ਸੋ ਇਟਸ ਅ ਲੋਟ ਆਫ ਪਾਵਰ ਇਨ ਦਿਸ ਗਰੁੱਪ ਕਿਉਂਕਿ ਅਸੀਂ ਸਾਰੇ ਇਕੱਠੇ ਬੈਠ ਕੇ ਅਗਰ ਇਸ ਚੀਜ਼ ਦਾ ਇੱਕ ਵਾਅਦਾ ਹੀ ਕਰ ਲਈਏ ਕਿ ਅੱਜ ਅਸੀਂ ਕੁਛ ਐਸਾ ਜ਼ਰੂਰ ਕਰਨਾ ਆਈ ਥਿੰਕ ਇਟ ਵੁੱਡ ਡੈਫੀਨੇਟਲੀ ਮੇਕ ਅ ਡਿਫਰੈਂਸ ਸੋ ਲੈਟਸ ਡੂ ਦੈਟ ਚਲੋ
ਚਲਦੇ ਆ ਇੱਕ ਡਿਫਰੈਂਸ ਪੈਦਾ ਕਰਨ ਵਾਸਤੇ ਇੱਕ ਅਸੀਂ ਹਮੇਸ਼ਾ ਕਹਿੰਦੇ ਆ ਕਿ ਅਸੀਂ ਡਿਫਰੈਂਸ ਦੇਖਣਾ ਚਾਹੁੰਦੇ ਆ ਬਟ ਲੈਟਸ ਡੂ ਇਟ ਲੈਟਸ ਬੀ ਪਾਰਟ ਆਫ ਦਿਸ ਚੇਂਜ ਐਂਡ ਮੈਂ ਕਾਲ ਸਾਰਿਆਂ ਦੀ ਵੇਟ ਕਰ ਰਹੀ ਆ ਜ਼ਰੂਰ ਸਭ ਨੇ ਕਾਲ ਕਰਨੀ ਹੈ ਔਰ ਦੱਸਣਾ ਕਿ ਅੱਜ ਦੇ ਦਿਨ ਓਕੇ ਮੈਂ ਸਟਾਰਟ ਕਰਦੀ ਹਾਂ ਆਈ ਥਿੰਕ ਆਈ ਐਮ ਮਾਈ ਸੈਲਫ ਵਰਕ ਇਨ ਪ੍ਰੋਗਰੈਸ ਮੈਂ ਅੱਜ ਤੋਂ ਜ਼ਰੂਰ ਇਹ ਪ੍ਰੋਮਿਸ ਕਰਦੀ ਹਾਂ ਕਿ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਬਾਰੇ ਬਾਰ ਬਾਰ ਮੈਂ ਆਪਣੇ ਆਪ ਨੂੰ ਰਿਮਾਈਂਡ ਕਰਾਵਾਂਗੀ ਕਿ ਮੈਂ ਜੈਨੂਇਨਲੀ ਗੁੱਡ ਹਾਂ ਮੈਂ ਕਾਇੰਡ ਹਾਂ ਮੈਂ ਦੂਸਰੇ ਕਿਸੇ ਨੂੰ ਕੰਫਰਟੇਬਲ ਕਰਨ ਵਾਸਤੇ ਆਪਣੇ ਆਪ ਨੂੰ ਨੀਚਾ ਨਹੀਂ ਦਿਖਾਵਾਂਗੀ ਕਿਉਂਕਿ ਅਸੀਂ ਔਰਤਾਂ ਇਹ ਬਹੁਤ ਦੇਰ ਤੋਂ ਕਰਦੀਆਂ ਆ ਰਹੀਆਂ ਕਿ ਦੂਜਾ ਇੰਪੋਰਟੈਂਟ ਫੀਲ ਕਰੇ ਦੂਜਾ ਅੱਛਾ ਫੀਲ ਕਰੇ ਇਸ ਪਿੱਛੇ ਅਸੀਂ ਆਪਣੇ ਆਪ ਨੂੰ ਘੱਟ ਇੰਟੈਲੀਜੈਂਟ ਘੱਟ ਕਾਇੰਡ ਜਾਂ ਕਿਸੇ ਵੀ ਹਿਸਾਬ ਨਾਲ ਘੱਟ ਮੰਨਣ ਨੂੰ ਤਿਆਰ ਹੋ ਜਾਂਦੇ ਹਾਂ ਜਸਟ ਟੂ ਮੇਕ ਦਾ ਅਦਰ ਪਰਸਨ ਫੀਲ ਗੁੱਡ ਸੋ ਆਈ ਕਮਿਟ ਕਿ ਅੱਜ ਮੈਂ ਉਹ ਨਹੀਂ ਕਰਾਂਗੀ ਅੱਜ ਤੋਂ ਮੈਂ ਉਹ ਨਹੀਂ ਕਰਾਂਗੀ ਜ਼ਰੂਰੀ ਨਹੀਂ ਹੈ ਕਿ ਮੈਂ ਥੱਲੇ ਆਪਣੇ ਆਪ ਨੂੰ ਕਰਕੇ ਫਿਰ ਕਿਸੇ ਨੂੰ ਉੱਚਾ ਚੁੱਕਣਾ ਹੈ ਸੋ ਵੀ ਆਲ ਕੈਨ ਅਪਲਿਫਟ ਈਚ ਅਦਰ ਟੂਗੈਦਰ ਸੋ ਇੱਕ ਤਾਂ ਇਹ ਹੋਇਆ ਪਰ ਆਈ ਥਿੰਕ ਐਵਰੀ ਸੈਗਮੈਂਟ ਆਈ ਐਮ ਗੋਇੰਗ ਟੂ ਟੈਲ ਯੂ ਵਨ ਥਿੰਗ ਆਈ ਐਮ ਗੋਇੰਗ ਟੂ ਡੂ ਫਰੋਮ ਨਾਓ ਸੋ ਇਸੇ ਤਰ੍ਹਾਂ ਸਾਰੇ ਜ਼ਰੂਰ ਦੂਜੇ ਵਾਸਤੇ ਆਪਣੇ ਵਾਸਤੇ ਇੱਕ ਇਸ ਤਰ੍ਹਾਂ ਦੀ ਥੋਟ ਦਾ ਜੋ ਵੀ ਤੁਹਾਡੀ ਕਾਲ ਹੋਏ ਜ਼ਰੂਰ ਕਰੋ ਮੈਂ ਇੰਝ ਕਰਦੀ ਹਾਂ ਥੋੜ੍ਹਾ ਜਿਹਾ ਕਿਉਂਕਿ ਇਹ 2 ਮਿੰਟ ਤੁਹਾਨੂੰ ਚਾਹੀਦੇ ਹੈ ਕਿ ਸੋਚ ਲਓ ਕਿ ਮੈਂ ਅੱਜ ਕੀ ਕਰਨਾ ਕਿਉਂਕਿ ਵੀ ਆਰ ਕਮਿਟਿੰਗ ਟੂ ਦਿਸ ਸੋ ਇੰਝ ਕਰਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੀ ਹਾਂ ਤੁਸੀਂ ਉਹਦੇ ਵਿੱਚ ਸੋਚ ਕੇ ਰੱਖੋ ਐਂਡ ਵਾਪਸ ਸਾਨੂੰ ਕਾਲ ਕਰੋ ਸਾਰਿਆਂ ਦਾ ਫਿਰ ਸਵਾਗਤ ਹੈ ਵੀ ਆਰ ਸੈਲੀਬ੍ਰੇਟਿੰਗ ਵੁਮੈਨਸ ਡੇ ਇੰਟਰਨੈਸ਼ਨਲ ਵੁਮੈਨਸ ਡੇ ਕੀ ਕਹਿੰਦੇ ਹੋ ਤੁਸੀਂ ਕੀ ਕਰੋਗੇ ਅੱਜ ਜਾਂ ਕੀ ਕਮਿਟ ਕਰੋਗੇ ਜਿਹਦੇ ਨਾਲ ਵਿਮੈਨ ਔਰਤਾਂ ਦੀ ਜ਼ਿੰਦਗੀ ਬਿਹਤਰ ਹੋਏ ਲੈਟਸ ਸੀ ਸਾਰੇ ਕੀ ਕਹਿ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਪਹਿਲੇ ਤਾਂ ਮੈਂ ਕਹੀ ਹੈਪੀ ਇੰਟਰਨੈਸ਼ਨਲ ਵੁਮੈਨ ਡੇ ਟੂ ਆਲ ਥੈਂਕ ਯੂ ਟੂ ਯੂ ਟੂ ਹਾਂਜੀ ਦੱਸੋ ਤੇ ਪਹਿਲੇ ਮੈਂ ਕਹਾਂਗੀ ਕਿ ਆਈ ਐਮ ਏ ਵੁਮੈਨ ਮੈਂ ਆਪਣੇ ਵਾਸਤੇ ਕਹਾਂਗੀ ਆਈ ਐਮ ਬਿਊਟੀਫੁਲ ਆਈ ਲਾਈਕ ਮਾਈ ਸੈਲਫ ਆਈ ਐਮ ਸਮਾਰਟ ਆਈ ਬਿਲੀਵ ਇਨ ਮਾਈ ਸੈਲਫ ਐਂਡ ਆਈ ਐਮ ਪਾਵਰਫੁਲ ਵੈਰੀ ਗੁੱਡ ਮੈਂ ਇਹ ਕਹਿ ਕੇ ਕਹਾਂਗੀ ਕਿ ਆਈ ਵਿਲ ਬਿਕਮ ਪਾਵਰਫੁਲ ਜੋ ਮੈਂ ਕਮਿਟਮੈਂਟ ਕਰਾਂਗੀ ਮੇਕ ਅ ਡਿਫਰੈਂਸ ਇਨ ਦਾ ਵੁਮੈਨਸ ਲਾਈਫ ਕਿ ਕਈ ਵਾਰੀ ਮੈਂ ਦੇਖਿਆ ਕਿ ਲੇਡੀਜ਼ ਦੇ ਸਾਹਮਣੇ ਜਿਹੜੇ ਜੈਂਟਸ ਹੈ ਅਨ ਇਨਅਪਰੋਪ੍ਰੀਏਟ ਵਰਡ ਯੂਜ਼ ਕਰਦੇ ਨੇ ਨੈਗੇਟਿਵ ਕਮੈਂਟਸ ਦਿੰਦੇ ਨੇ ਤੇ ਮੈਂ ਆਈ ਵਿਲ ਬੀ ਐਨ ਐਡਵੋਕੇਟ ਫਾਰ ਵੁਮੈਨ ਮੈਂ ਉੱਥੇ ਉਸ ਬੰਦੇ ਨਾਲ ਗੱਲ ਕਰਾਂਗੀ ਕਿ ਇੱਥੇ ਇਹ ਤੂੰ ਗੱਲ ਗਲਤ ਕੀਤੀ ਹੈ Very good. So you will take this on you ke tusi oh politely but firmly gal karoge nahi ta assi kehnde ha ignore kar dende ha ke eh inji karde ha inna ne hamesha inji karna man will be man ignore nahi karangi kyunki sade naal ik wari gal ho chuki hai ji koi parent aaya but school de bacche da koi kam si kuch provide karan aaya te ik baitha hoya giant kehnda hai eh ਉਹਨੇ ਸੋਚਿਆ ਟੀਚਰ ਇਹ ਬੱਚਿਆਂ ਨੂੰ ਕੀ ਪੜ੍ਹਾਉਣੀਆਂ ਆਪ ਤੇ ਪਰਵੱਟੇ ਬਣਾਉਂਦੀਆਂ ਨੇ ਤੁਸੀਂ ਰਿਲੀਜੀਅਨ ਦਾ ਲੈ ਕੇ ਅਟੈਕ ਨਾ ਕਰੋ ਦੈਨ ਆਈ ਟਾਕ ਟੂ ਦੈਟ ਪਰਸਨ ਫਿਰ ਉਸ ਬੰਦੇ ਕੋਲੋਂ ਮੈਂ ਮਾਫੀ ਮੰਗਵਾਈ ਉਹ ਪੇਰੈਂਟ ਕੋਲੋਂ ਕਿਉਂ ਵਾਏ choice ki di hai kardiyan ne nale choice who are men to say who are others to say ki assi apni naal ki kar rahe hain hanji we have a choice personal life hai oh jo marzi kare ਜੋ ਮਰਜ਼ੀ ਕਰੇ ਅਸੀਂ ਕਮੈਂਟ ਨਹੀਂ ਦੇ ਸਕਦੇ ਸੋ ਮੈਂ ਹੁਣ ਇਹ ਪੱਕਾ ਕੀਤਾ ਕਿ ਕੋਈ ਅਗਰ ਇਨਅਪਰੋਪ੍ਰੀਏਟ ਬੋਲੇਗਾ ਐਂਡ ਆਈ ਵਿਲ ਬੀ ਐਨ ਐਡਵੋਕੇਟ ਟੂ ਦਾ ਵੁਮੈਨ ਪਰਫੈਕਟ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਔਰ ਹੋਰ ਵੀ ਤੁਸੀਂ ਕਾਲ ਕਰ ਸਕਦੇ ਹੋ ਹਰਮਿੰਦਰ ਜੀ ਵਿਦ ਅਨਦਰ ਥਿੰਗ ਜਦੋਂ ਵੀ ਤੁਹਾਨੂੰ ਧਿਆਨ ਨਾ ਆਏ ਕਿਉਂਕਿ ਬੜਾ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਜੋ ਵੀ ਅਸੀਂ ਜਿਵੇਂ ਮੈਂ ਕਿਹਾ ਕਿ ਹਾਂ ਮੈਂ ਆਪਣੇ ਆਪ ਨੂੰ ਰਿਮਾਈਂਡ ਕਰਾਵਾਂਗੀ ਕਿ ਮੈਂ ਜਿਵੇਂ ਹਰਮਿੰਦਰ ਜੀ ਨੇ ਕਿਹਾ ਮੈਂ ਖੂਬਸੂਰਤ ਹਾਂ ਮੈਂ ਕਾਇੰਡ ਹਾਂ ਮੈਂ ਇੰਟੈਲੀਜੈਂਟ ਹਾਂ ਔਰ ਮੈਂ ਕਿਸੇ ਬੰਦੇ ਨੂੰ ਕੰਫਰਟੇਬਲ ਕਰਨ ਵਾਸਤੇ ਆਪਣੇ ਆਪ ਨੂੰ ਨੀਚਾ ਦਿਖਾਉਣਾ ਬੰਦ ਕਰਾਂਗੀ ਸੋ ਇਨ ਦੈਟ ਸੈਂਸ ਅਸੀਂ ਇੱਕ ਦੂਜੇ ਨੂੰ ਜਿਹੜਾ ਹੈ ਕਿ ਇਹ ਜਿਹੜੇ ਪੁਆਇੰਟਸ ਹੈ ਨਾ ਮੈਂ ਨੋਟ ਕਰੀ ਜਾ ਰਹੀ ਹਾਂ ਐਂਡ ਵੀ ਆਰ ਔਨ ਏਅਰ ਡਿਜੀਟਲ ਹੈਗਾ ਇਟ ਇਜ਼ ਰਿਕਾਰਡਡ ਸੋ ਦੈਟ ਅਸੀਂ ਸਾਰੇ
एक एक बंदा एक एक चीज कमिटमेंट करेगा और फिर असी एज अ ग्रुप सारिया चीजा कमिट करांगे जो सानू पसंद है तो आप ही देखो अपने आप ही असी सारे अपलिफ्ट हो जाएंगे. सो थैंक यू सो मच. लेट मी टेक अनदर कॉल. हेलो. हाँ जी सर. हाँ जी जसप्रीत. थैंक यू ते हैप्पी वुमेन्स डे. हाँ जी मैं बड़ा अच्छा तुसी लेके आई हूं आज. मैं दसांगी मेरे मम्मी मेरे रोल मॉडल होंदे सीगे ते उन्हां तो मैं इंस्पायर हुई हां ते बड़े लाइक गिविंग लविंग केयरिंग दूजियां लई बड़ा करदे सीगे जी ते दूजी चीज कदे हार नहीं मानते सीगे. ते जदो मेरी बेटी मिडल स्कूल च हुंदी सी छोटी मैं उन्हूं कहंदी हुंदी सी मैं क्या मेरे लई एक स्ट्रांग वुमन जिहड़ी हैगी आ ना ओह अंदरूनी ओदी परसनैलिटी ओ अंदरों स्ट्रांग हैगी आ. ते अपनी परसनैलिटी तू डिवेलप करनी आ ते सेंस ऑफ ह्यूमर अंदर केयरिंग परसन होनी चाहीदी आ. ਬਾਹਰੋਂ ਤਾਂ ਚਲੋ ਤੁਸੀਂ ਹੈਡ ਟੂ ਟੋ ਬਿਊਟੀਫੁਲ ਲੱਗਦੇ ਹੋ ਇੰਪ੍ਰੈਸ ਕਰ ਦਿੰਦੇ ਹੋ ਲੋਕਾਂ ਨੂੰ ਪਰ ਅੰਦਰੋਂ ਮੈਂ ਕਿਹਾ ਇਮੋਸ਼ਨਲ ਉਹ ਸਟਰੋਂਗ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਜੀ. ਤੇ ਮੈਂ ਅੱਜ ਕਹਾਂਗੀ ਬਈ ਮੇਰੇ ਲਈ ਜਿਹੜੇ ਇਮੋਸ਼ਨਲੀ ਸਟਰੋਂਗ ਵੁਮੈਨ ਹੈਗੇ ਆ ਨਾ ਮੈਨੂੰ ਬੜਾ ਮੋਟੀਵੇਟ ਕਰਦੇ ਇੰਪਾਵਰ ਕਰਦੇ ਹੈਗੇ ਆ. ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਮੇਰੀ ਇੱਕ ਬੈਸਟ ਫਰੈਂਡ ਹੈਗੀ ਆ ਰੋਜ਼ ਮੈਨੂੰ ਕਾਲ ਕਰਦੀ ਆ ਜੀ ਬਹੁਤ ਬਿਜ਼ੀ ਹੁੰਦੀ ਆ ਪਰ ਜਿੱਦਾਂ ਮੈਂ ਕਹਿੰਦੀ ਹੁੰਦੀ ਆ ਨਾ ਇੱਕ ਔਰਤ ਨੂੰ ਜ਼ਰੂਰ ਇੱਕ ਔਰਤ ਚਾਹੀਦੀ ਆ ਆਪਣੀ ਜ਼ਿੰਦਗੀ ਦੇ ਵਿੱਚ. ਕੋਈ ਵੀ ਗੱਲ ਹੋਏ ਨਾ ਤੁਸੀਂ 100% ਉਹਨੂੰ ਟਰਸਟ ਕਰਦੇ ਹੋ ਤੇ ਉਹਦੇ ਲਈ ਉਹਦੇ ਨਾਲ ਤੁਸੀਂ ਸਾਰੀਆਂ ਗੱਲਾਂ ਸ਼ੇਅਰ ਕਰ. ਬਹੁਤ ਵਧੀਆ ਗੱਲ ਜਸਪ੍ਰੀਤ ਤੁਸੀਂ ਕਹਿ ਰਹੇ ਹੋ ਕਿ ਵੀ ਆਰ ਆਲਵੇਜ਼ ਬੈਟਰ ਟੂਗੈਦਰ. ਅਸੀਂ ਸਾਰਿਆਂ ਨੇ ਇੱਕ ਦੂਜੇ ਦਾ ਸਾਥ ਜ਼ਰੂਰ ਦੇਣਾ ਹੈ ਤੇ ਅੱਜ ਤੁਸੀਂ ਕੀ ਕਮਿਟ ਕਰਦੇ ਹੋ? ਵਾਟ ਡੂ ਯੂ ਡੂ ਫॉर ਯੋਰਸੈਲਫ ਔਰ ਫॉर ਐਨੀ ਅਦਰ ਵੁਮਨ? ਹਾਂਜੀ ਬੜਾ ਅੱਛਾ ਪੁੱਛਿਆ. ਮੈਂ ਕੁਝ ਚਿਰ ਪਹਿਲਾਂ ਸੋਚਿਆ ਸੀਗਾ ਆਪਣੀ ਬੇਟੀ ਦੇ ਨਾਲ ਨਾ ਇੱਕ ਦਿਨ ਅਸੀਂ ਮਿਲ ਕੇ ਹਾਂ ਟੂ ਡੋਮੈਸਟਿਕ ਵਾਇਲੈਂਸ ਜੋ ਹੈਗਾ ਨਾ ਵੁਮਨ ਦੇ ਖਾਸ ਕਰਕੇ ਜੀ ਦੈਟ ਇਜ਼ ਦ ਕਾਜ਼ ਦੈਟ ਇਜ਼ ਡੀਅਰ ਟੂ ਮਾਈ ਹਾਰਟ ਐਂਡ ਵਿਦ ਹਰ ਹੈਲਪ I would like to help in whatever I can do in that regard. Like kuch paise set up karne ya koi organization something like that. Sure. Number 2 kudiyan di education layi. Like khaas karke mainu pata pehle saal college da bhai I would like to set up a scholarship. Te oh guidelines sariyan oh set up kar sakdi hai. जी बट सो कमिटिंग टू टू कॉजेस कनेक्टेड क्लोजली टू वुमेन डोमेस्टिक वायलेंस एंड एजुकेशन ऑफ गर्ल्स. वंडरफुल. थैंक यू सो मच जसप्रीत. डू फॉलो इट अप. आई एम गोइंग टू फॉलो इट अप विद यू टू एंड या वी हैव टू मेक ईच अदर अकाउंटेबल ताकि असी करिए इस पिछे नहीं कि असी किसी होर नू याद करा रहे हैं तुसी कमिट किया सी असी इस पिछे ताकि असी सारे कट्ठे कुछ हो तुसी अगर प्रोजेक्ट सोचते हो तो वी ऑल कैन कॉन्ट्रीब्यूट एंड वी डू इट टूगैदर. सो दैट्स वाई. थैंक यू सो मच जसप्रीत. होर पुछते हैं की कह रहे हैं इन्हों नू पुछते हैं. हैलो. हाँ जी सत श्री अकाल. सत श्री अकाल अरविंद जी. हाँ जी गुरदीप जी. ਮੈਂ ਅਰਵਿੰਦ ਜੀ ਬੱਚੀ ਤੋਂ ਲੈ ਕੇ ਹਰ ਔਰਤ ਦੀ ਰਿਸਪੈਕਟ ਕਰਦਾ ਪਰ ਹੋਰ ਵੀ ਪਕੇਰੀ ਕਰਾਂਗਾ ਕਦੇ ਵੀ ਕੁਤਾਹੀ ਨਾ ਹੋ ਜਾਏ. ਮੈਂ ਇਹ ਤੇ ਹੋਰ ਵਰਕ ਕਰਾਂਗਾ ਕੁਤਾਹੀ ਨਹੀਂ ਹੋਵੇ ਕਿਉਂਕਿ ਹਰ ਔਰਤ ਤਕਰੀਬਨ ਮਾਂ ਵੀ ਬਣਦੀ ਹੈ ਤੇ ਮਾਂ ਦੀ ਡਿਸਰਿਸਪੈਕਟ ਕੋਈ ਬੱਚਾ ਬਰਦਾਸ਼ਤ ਨਹੀਂ ਕਰ ਸਕਦਾ. ਜੇ ਮੈਂ ਕਿਸੇ ਦੀ ਮਾਂ ਦੀ ਰਿਸਪੈਕਟ ਨਹੀਂ ਕਰਾਂਗਾ ਕੋਈ ਬੱਚਾ ਨਹੀਂ ਸਹਿਨ ਕਰੇਗਾ. ਸੋ ਮਾਂ ਦੀ ਹਰੇਕ ਔਰਤ ਨੂੰ ਆਪਣੀ ਮਾਂ ਦੀ ਨਜ਼ਰ ਨਾਲ ਦੇਖਾਂਗਾ. ਜਿਹੜੀਆਂ ਮੇਰੇ ਤੋਂ ਬਜ਼ੁਰਗ ਹੋਣਗੀਆਂ ਉਹਨਾਂ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਾਂਗਾ. ਮੈਨੂੰ ਉਹਨਾਂ 'ਚ ਮਾਂ ਨਜ਼ਰ ਆਏਗੀ ਆਪਣੀ. ਇਹਦੀ ਇੱਕ ਉਦਾਹਰਣ ਦਿੰਦਾ ਕਿ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ. ਬਾਰਿਸ਼ ਵਿੱਚ ਭਿੱਜਿਆ ਹੋਇਆ ਕੰਬਦਾ ਹੋਇਆ ਬੱਚਾ ਘਰ ਪਹੁੰਚਿਆ. ਭਰਾ ਨੇ ਕਿਹਾ ਦਿਖਾਈ ਨਹੀਂ ਦਿੰਦਾ ਸੀ ਕਿ ਮੌਸਮ ਖਰਾਬ ਹੈ. ਭੈਣ ਬੋਲੀ ਥੋੜੀ ਦੇਰ ਰੁਕ ਜਾਂਦੇ ਬਾਰਿਸ਼ ਥੰਮ ਜਾਂਦੀ ਤਾਂ ਆ ਜਾਂਦੇ. ਪਿਤਾ ਨੇ ਕਿਹਾ ਬਹੁਤ ਸ਼ੌਂਕ ਚੜਿਆ ਬਾਰਿਸ਼ ਵਿੱਚ ਭਿੱਜਣੇ ਦਾ
ਜਦੋਂ ਠੰਡ ਲੱਗੇਗੀ ਤਦ ਪਤਾ ਚੱਲੇਗਾ। ਇਹਨੇ ਵਿੱਚ ਮਾਂ ਅੰਦਰੋਂ ਤੌਲੀਆ ਲੈ ਕੇ ਦੌੜੀ ਆਈ, ਤੌਲੀਏ ਨੂੰ ਬੇਟੇ ਦੇ ਸਿਰ ਉੱਪਰ ਰੱਖ ਕੇ ਬੋਲੀ, ਕਮਬਖਤ ਬਾਰਿਸ਼ ਥੋੜੀ ਦੇਰ ਬਾਅਦ ਨਹੀਂ ਆ ਸਕਦੀ ਸੀ, ਮੇਰਾ ਲਾਲ ਘਰ ਆ ਜਾਂਦਾ। ਇੱਕ ਮਾਂ ਸਭ ਦੀ ਜਗ੍ਹਾ ਲੈ ਸਕਦੀ ਹੈ, ਲੈ ਸਕਦੀ ਹੈ, ਪਰ ਇੱਕ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ। ਆਈ ਨੋ ਦਿਸ ਇਜ਼ ਰੀਅਲੀ ਗ੍ਰੇਟ ਕਿ ਯੂ ਨੋ ਅਸੀਂ ਮਾਂ ਦਾ ਜਦੋਂ ਵੀ ਗੱਲ ਕਰਦੇ ਹਾਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਮਾਂ ਦੇ ਜਜ਼ਬਾਤਾਂ ਨੂੰ ਐਕਸਪਲੇਨ ਕੀਤਾ ਗੁਰਦੀਪ ਜੀ ਨੇ। ਪਰ ਮੈਨੂੰ ਇੱਕ ਹੋਰ ਗੱਲ ਯਾਦ ਆ ਰਹੀ ਹੈ, ਬਿਲਕੁਲ ਮੈਂ ਕੰਟਰਡਿਕਟ ਨਹੀਂ ਕਰ ਰਹੀ ਉਹਨਾਂ ਦੀ ਗੱਲ ਨੂੰ, ਬਟ ਇਹ ਵੀ ਕਿ ਮਾਂ ਦੇ ਉੱਤੇ ਅਸੀਂ ਇਤਨਾ ਜ਼ਿਆਦਾ ਪ੍ਰੈਸ਼ਰ ਪਾਇਆ ਹੋਇਆ ਐਜ਼ ਅ ਸੋਸਾਇਟੀ ਕਿ ਸ਼ੀ ਹੈਜ਼ ਟੂ ਬੀ ਪਰਫੈਕਟ, ਸ਼ੀ ਹੈਜ਼ ਟੂ ਬੀ ਸੈਕਰੀਫਾਈਜ਼ਿੰਗ, ਸ਼ੀ ਹੈਜ਼ ਟੂ ਆਪਣੀਆਂ ਰਾਤਾਂ ਦੇ ਕੇ ਉਹ ਆਪਣੀ ਭੁੱਖ ਤ੍ਰੇ ਯੂ ਨੋ ਨੀਂਦ ਨੂੰ ਸੈਕਰੀਫਾਈਜ਼ ਕਰਕੇ ਦੂਸਰੇ ਦਾ ਧਿਆਨ ਰੱਖਦੀ ਹੈ। ਸ਼ੀ ਇਜ਼ ਮੇਡ ਲਾਈਕ ਦੈਟ ਕਿ ਕਾਇੰਡ ਹੁੰਦੀ ਹੈ ਵੁਮਨ, ਕਿਉਂਕਿ ਵੁਮਨ ਯੂ ਨੋ ਹੀ ਮਾਂ ਬਣਦੀ ਹੈ। ਪਰ ਇਨ ਕੇਸ ਕੋਈ ਵੁਮਨ ਜਿਹੜੀ ਮਾਂ ਨਹੀਂ ਹੈ, ਕੀ ਉਹ ਕਿਸੇ ਤਰ੍ਹਾਂ ਨਾਲ ਘੱਟ ਹੈ? ਨਹੀਂ, ਬਿਲਕੁਲ ਨਹੀਂ। ਉਹ ਜੇ ਮਾਂ ਨਹੀਂ ਵੀ ਬਣਦੀ ਤਾਂ ਵੀ ਕੁਦਰਤ ਨੇ ਉਹਨੂੰ ਉਹ ਨੇਚਰ ਦਿੱਤੀ ਹੈ। ਬਟ ਅਸੀਂ ਇੰਨਾ ਪ੍ਰੈਸ਼ਰ ਪਾਇਆ ਹੋਇਆ ਮਾਂ 'ਤੇ ਕਿ ਸੈਕਰੀਫਾਈਜ਼ਿੰਗ, ਪਰਫੈਕਟ। ਮੈਨੂੰ ਲੱਗਦਾ ਹੈ ਟਾਈਮ ਹੈਗਾ ਹੁਣ ਉਹ ਪਰਫੈਕਸ਼ਨ ਦਾ ਪ੍ਰੈਸ਼ਰ ਘਟਾਈਏ ਮਾਵਾਂ ਤੋਂ। ਕਿਸ ਤਰ੍ਹਾਂ ਘਟਾਈਏ? ਜਦੋਂ ਅਸੀਂ ਉਹਨਾਂ ਦਾ ਉਹਨਾਂ ਨੂੰ ਵੀ ਪ੍ਰਾਇਰਟਾਈਜ਼ ਕਰਾਂਗੇ। ਅਸੀਂ ਕਿੰਨੇ ਖੁਸ਼ ਹੋ ਕੇ ਕਹਿੰਦੇ ਹਾਂ ਕਿ ਉਹ ਆਪਣੇ ਆਪ ਨੂੰ ਛੋੜ ਕੇ, ਆਪਣੇ ਆਪ ਨੂੰ ਯੂ ਨੋ ਅਣਦੇਖੀ ਕਰਕੇ ਆਪਣੀ ਸਿਹਤ, ਆਪਣਾ ਸਾਰਾ ਕੁਛ ਦੂਜਿਆਂ ਦਾ ਧਿਆਨ ਰੱਖਦੇ। ਅਸੀਂ ਉਹਨਾਂ ਨੂੰ ਅਣਦੇਖੀ ਕਰਨ ਹੀ ਨਾ ਦਈਏ, ਅਸੀਂ ਉਹਨਾਂ ਦਾ ਧਿਆਨ ਉਨਾ ਰੱਖੀਏ, ਅਸੀਂ ਉਹਨਾਂ ਨੂੰ ਪ੍ਰਾਇਰਟਾਈਜ਼ ਕਰੀਏ, ਅਸੀਂ ਉਹਨਾਂ ਨੂੰ ਵੀ ਸਿਖਾਈਏ ਕਿ ਤੁਸੀਂ ਆਪਣੇ ਆਪ ਨੂੰ ਵੀ ਪ੍ਰਾਇਰਟਾਈਜ਼ ਕਰੋ, ਆਪਣੇ ਆਪ ਨੂੰ ਵੀ ਉੱਪਰ ਰੱਖੋ। ਕਿਉਂਕਿ ਦਿਸ ਇਜ਼ ਡੈਫੀਨੇਟ, ਇਹ ਬਹੁਤ ਹੀ ਪੱਕੀ ਗੱਲ ਹੈ ਕਿ ਮਾਂ ਦਾ ਧਿਆਨ ਰੱਖਿਆ ਜਾਏਗਾ ਅਤੇ ਸਾਰੇ ਪਰਿਵਾਰ ਦਾ ਧਿਆਨ ਰੱਖਿਆ ਜਾਏਗਾ। ਸੋ ਆਈ ਥਿੰਕ ਇਟ ਇਜ਼ ਹਾਈ ਟਾਈਮ ਕਿ ਅਸੀਂ ਸਾਰੇ ਉਹਨਾਂ ਦੀਆਂ ਸੈਕਰੀਫਾਈਜ਼ ਦੀ ਗੱਲਾਂ ਤਾਂ ਕਰਦੇ ਹਾਂ, ਪਰ ਹੁਣ ਇਹ ਕਰੀਏ ਨਵੀਂ ਗੱਲ ਅੱਜ ਤੋਂ ਕਿ ਉਹਨਾਂ ਦੇ ਉਹ ਸੈਕਰੀਫਾਈਜ਼ ਕਰਨ ਨਾ ਦਈਏ, ਉਹਨਾਂ ਨੂੰ ਇਹ ਚਾਂਸ ਨਾ ਦਈਏ ਕਿ ਉਹ ਸੈਕਰੀਫਾਈਜ਼ ਕਰਨ। ਉਹਨਾਂ ਨੂੰ ਵੀ ਉਨਾ ਹੀ ਇੰਪੋਰਟੈਂਟ ਸਮਝੀਏ ਜਿੰਨੇ ਘਰ ਦੇ ਬਾਅਦ ਬਾਕੀ ਹੈਗੇ। ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਪਲੀਜ਼ ਡੂ ਕਾਲ, ਕਾਲ ਕਰੋ ਔਰ ਜ਼ਰੂਰ ਦੱਸੋ, ਘਬਰਾਓ ਨਹੀਂ। ਕਮਿਟਮੈਂਟ ਕਰਨ ਦੇ ਨਾਲ ਹੀ ਅਸੀਂ ਅੱਗੇ ਯੂ ਨੋ ਕੁਛ ਕਰ ਸਕਦੇ ਹਾਂ। ਖਾਲੀ ਇੱਕ ਦੂਜੇ ਨੂੰ ਹੈਪੀ ਇੰਟਰਨੈਸ਼ਨਲ ਵੁਮਨ ਡੇ ਕਹਿਣ ਨਾਲ ਨਹੀਂ, ਕੋਈ ਨਾ ਕੋਈ ਛੋਟੀ ਤੋਂ ਛੋਟੀ ਕਮਿਟਮੈਂਟ ਕਿ ਮੈਂ ਆਪਣੇ ਨੇੜੇ ਦੀ ਔਰਤ ਨੂੰ ਐਪਰੀਸ਼ੀਏਟ ਕਰਾਂਗਾ, ਜਦੋਂ ਉਹ ਥੈਂਕ ਯੂ ਕਰਾਂਗਾ, ਥੈਂਕ ਯੂ ਕਰਾਂਗੀ, ਲਾਈਕ ਮਾਵਾਂ ਨੂੰ ਵੀ, ਭੈਣਾਂ ਨੂੰ ਵੀ। ਬਟ ਡੈਫੀਨੇਟਲੀ ਜ਼ਰੂਰ ਜ਼ਰੂਰ ਸਾਨੂੰ ਕਾਲ ਕਰਕੇ ਦੱਸੋ ਤੁਹਾਡੇ ਦਿਮਾਗ 'ਚ ਕੀ ਆ ਰਿਹਾ। ਲੈਟ ਮੀ ਸੀ ਇਹ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਅਰਵਿੰਦ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੌਲ ਸਾਹਿਬ, ਥੈਂਕ ਯੂ ਕਿ ਤੁਸੀਂ ਕਾਲ ਕੀਤਾ। ਦੱਸੋ ਕੀ ਸ਼ੇਅਰ ਕਰਦੇ ਹੋ? ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਇਹ ਜਸ ਗੱਲਬਾਤ ਦੇ ਵਿੱਚ ਸਵਾਗਤ ਹੈ ਜੀ। ਨਾਲੇ ਅੱਜ ਹੈਪੀ ਵੂਮਨਸ ਡੇ ਜੀ, ਸਾਰੀਆਂ ਸੰਸਾਰ ਦੀਆਂ ਤੇ ਜਿਹੜਾ ਹੈਗਾ ਜਸ ਗੱਲਬਾਤ ਦੇ ਸਾਰੀਆਂ ਜਿਹੜੀਆਂ ਹੈਗੀਆਂ ਜੁੜ ਬੈਠੀਆਂ ਤੇ ਜਸ ਪੰਜਾਬੀ ਦੇ ਸਾਰੀ ਜਿਹੜੀ ਮਹਾਨ ਤਾੜੀਆਂ ਉਹ ਭੈਣਾਂ ਨੇ, ਧੀਆਂ ਨੇ, ਬੱਚਿਆਂ ਨੇ, ਉਹਨਾਂ ਨੂੰ ਅੱਜ ਹੈਪੀ ਵੂਮਨਸ ਡੇ। ਥੈਂਕ ਯੂ, ਥੈਂਕ ਯੂ ਵੈਰੀ ਮੱਚ। ਹਾਂਜੀ ਜਿਹੜੀ, ਹਾਂਜੀ, ਅੱਜ ਤੇ ਮੈਂ ਸਾਰਿਆਂ ਤੋਂ ਪਹਿਲੇ ਇਹਨਾਂ ਵਧਾਈ ਦੇਣ ਤੋਂ ਬਾਅਦ ਇੱਕ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹਾਂਗਾ ਜੀ। ਟਾਈਮਸ ਮੈਗਜ਼ੀਨ ਜਿਹੜੀ ਅਮਰੀਕਾ ਤੋਂ ਸਾਡੇ ਇੱਥੇ ਛਪਦੀ ਹੈ, ਉਹਦੇ ਫਰੰਟ ਪੇਜ ਦੇ ਉੱਤੇ ਵੁਮਨਸ ਐਮਪਾਵਰਮੈਂਟ ਜਿਹੜਾ ਇਸ ਮਾਰਚ ਨੂੰ ਸੈਲੀਬ੍ਰੇਟ ਕਰਦਿਆ ਹੋਇਆ, ਉਹਨਾਂ ਨੇ ਉਹਦੇ ਉੱਤੇ ਜਿਹੜਾ ਹੈ ਜਿਹੜੀ ਉੱਥੇ ਲੇਡੀਜ਼ ਵਾਸਤੇ ਦੀਆਂ ਪਹਿਣਾ ਉੱਥੇ, ਉਹਨਾਂ ਦੇ ਉੱਤੇ ਇੱਕ ਆਰਟੀਕਲ ਲਿਖਿਆ ਤੇ ਉਹਦੀ ਫੋਟੋ ਛਾਪੀ ਫਰੰਟ ਪੇਜ ਤੇ। ਬਿਲਕੁਲ, ਫਾਰਮਰਸ ਪ੍ਰੋਟੈਸਟ ਦੇ ਵੁਮਨ ਦੀਆਂ ਫੋਟੋ ਹੈਗੀਆਂ, ਉਹਨਾਂ ਨੇ ਵੁਮਨ ਦੇ ਉੱਤੇ ਔਰ ਹੈਡਿੰਗ ਦਿੱਤਾ, ਵੀ ਕੈਨਟ ਬੀ ਇੰਟੀਮੀਡੇਟਿਡ ਐਂਡ ਵੀ ਕੈਨਟ ਬੀ ਬੋਟ, ਨਾ ਤੇ ਅਸੀਂ ਧਮਕਾਈਆਂ ਜਾ ਸਕਦੀਆਂ। ਬਹੁਤ ਵਧੀਆ, ਬਹੁਤ ਹੀ ਖੂਬਸੂਰਤ ਪੌਲ ਸਾਹਿਬ, ਅਸੀਂ ਕੋਸ਼ਿਸ਼ ਕਰਦੇ ਹਾਂ। ਮੈਂ ਕਹਿੰਦੀ ਹਾਂ ਜ਼ਰੂਰ ਇਹ ਪਿਕਚਰ ਸਾਰਿਆਂ ਨੂੰ ਵੀ ਦਿਖਾਵਾਂਗੇ, ਪਰ ਇਹ ਕਿ ਇੱਥੇ ਅਸੀਂ ਪਹੁੰਚ ਗਏ, ਇਹ ਸੈਲੀਬ੍ਰੇਟ ਕਰਨ ਦੀ ਗੱਲ ਨਹੀਂ ਤੇ ਹੋਰ ਕੀ ਹੈ। ਐਂਡ ਪੰਜਾਬ ਦੀਆਂ ਔਰਤਾਂ ਨੇ ਵਾਕਈ ਮਤਲਬ ਮੋਰਚਾ ਮਾਰ ਲਿਆ, ਦੇ ਆਰ ਲੀਡਿੰਗ
ਦਿਸ ਇੰਪਾਵਰਮੈਂਟ ਯੂ ਨੋ ਜਿਹੜਾ ਅਸੀਂ ਗੱਲ ਕਰਦੇ ਹਾਂ, ਇੰਨੇ ਸਦੀਆਂ ਤੋਂ ਗੱਲ ਕਰ ਰਹੇ ਹਾਂ ਔਰ ਕਿੱਥੇ ਹੈ, ਪਰ ਆਈ ਥਿੰਕ ਇਹਦੇ ਨਾਲ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ, ਸਾਡੀ ਪੰਜਾਬ ਦੀਆਂ ਵਿਮੈਨ ਬਿਲਕੁਲ ਕਿਸੇ ਤੋਂ ਘੱਟ ਨਹੀਂ। ਉਹਨਾਂ ਨੇ ਜਿਹੜਾ ਹੈਗਾ ਉਸ ਆਰਟੀਕਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਰੀ ਕੰਟਰੀਜ਼ ਤੋਂ ਉੱਥੇ ਵੂਮਨ ਬੈਠੀਆਂ ਨੇ, ਜਿਹੜੀ ਇੱਕ ਟਰਾਂਸਜੈਂਡਰ ਦੀ ਵੀ ਲੀਡਰ ਹੈਗੀ ਆ ਜੀ, ਤੇ ਇਟ ਇਜ਼ ਕਮੈਂਡੇਬਲ ਐਂਡ ਐਪਰੀਸ਼ੀਏਬਲ, ਆਈ ਵਿਲ ਸੇ ਦੈਟ। ਬਿਲਕੁਲ ਜੇ ਇਹ ਮਹਾਨ ਨੇ ਭਾਈ, ਮਾਂ ਤਾਂ ਦੇਖੋ ਜਿਹੜੀ ਹੈਗੀ ਵੂਮਨ ਦੀ ਮਾਂ, ਪਹਿਲੇ ਦੀ ਮਾਂ ਮਾਂ ਸੀ, ਹੁਣ ਤੋਂ ਉਸ ਤੋਂ ਬਾਅਦ ਜਿਹੜਾ ਮੁਨਸ਼ੀ ਪ੍ਰੇਮਚੰਦ ਜੀ ਨੇ ਕਿਹਾ ਨਾ ਕਿ ਬੁਢਾਪੇ ਮੇ ਜੋ ਪਤਨੀ ਹੋਤੀ ਹੈ ਵੋ ਇੱਕ ਲਾਠੀ ਹੋਤੀ ਹੈ, ਮਾਂ ਹੋਤੀ ਹੈ ਬੁੱਢੇ ਆਦਮੀ ਦੇ ਖਾਸ ਕਰਕੇ, ਤੇ ਨਾਲੇ ਉਹੀ ਉਹ ਡੰਡਾ ਵੀ, ਉਹ ਲਾਠੀ ਨੂੰ ਡੰਡਾ ਵੀ ਇਸਤੇਮਾਲ ਕਰਦੀ ਹੈ ਤੇ ਉਹਦੀ ਸਹਾਰਾ ਵੀ ਬਣਦੀ। ਹਾਂਜੀ, ਤੇ ਫਿਰ ਗੁਰਦੀਪ ਸਿੰਘ ਜੀ ਨੇ ਉਹਨਾਂ ਨੇ ਹਮੇਸ਼ਾ ਤੱਕ ਹਰ ਤਰ੍ਹਾਂ ਤਰ੍ਹਾਂ ਸਾਡੀ ਜਿਹੜੀ ਹੈਗੀ ਆ ਕਿ ਐਕਸਪ੍ਰੈਸ ਕਰ ਦਿੱਤਾ ਜੈਂਟਸ ਵੱਲੋਂ ਕਿ ਮੈਂ ਸਾਰਿਆਂ ਨੂੰ ਵੰਸ ਅਗੇਨ ਆਇਆ ਕੰਪਟੀਸ਼ਨ ਹੋ ਸਕੇ, ਤੇ ਉਹਦੀ ਜਿਹਦੀ ਟਾਈਮ ਦੀ ਜਿਹੜੀ ਹੈਗੀ ਹੈ ਉਹਦਾ ਮੈਂ ਈਮੇਲ ਭੇਜੀ ਸੀਗੀ ਤੁਹਾਨੂੰ ਜਸ ਪੰਜਾਬੀ ਦੇ ਉੱਤੇ, ਇਸੋ ਦੇ ਉੱਤੇ ਵੀ ਜੇ ਉਹ ਫੋਟੋ ਕਦੇ ਕੱਢ ਕੇ ਦਿਖਾ ਸਕੋ। ਜੀ ਜੀ, ਵਿਲ ਸ਼ੋ ਇਟ ਹੁਣੇ ਦਿਖਾਉਂਦੇ ਹਾਂ। ਤੁਸੀਂ ਨਾਲ ਮੈਨੂੰ ਦੱਸੋ ਕਿ ਅੱਜ ਤੁਸੀਂ ਆਪਣੇ ਵੱਲੋਂ ਇੰਡੀਵਿਜੂਅਲ ਲੈਵਲ ਤੇ ਕੀ ਕਮਿਟ ਕਰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਚ ਯੂ ਨੋ ਆਪਣੇ 2% ਪਾਓਗੇ। ਦੇਖੋ ਜੀ, ਗੱਲ ਆਈ ਤੇ ਮਹਾਰਾਜ ਹਮੇਸ਼ਾ ਕਹਿੰਦੇ ਆ ਮਹਾਰਾਜ ਮੱਕੀ ਰੱਖੋ, ਜੋ ਕਹਿੰਦੇ ਕਰਾ ਲਓ, ਕਰ ਲਓ ਤੇ ਇਹੋ ਗਿਆ ਜੀ। ਅੱਜ ਬਸ ਸਾਰਾ ਦਿਨ ਵੀ ਸੁੱਖੀ ਸ਼ਾਂਤੀ ਬੀਤੇ ਤੇ ਲਾਲੇ। ਮੈਂ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ। ਹਾਂ, ਮੈਂ ਗਿਆ ਸਾਂ ਇੱਕ ਸਟੋਰ ਦੇ ਵਿੱਚ, ਉੱਥੇ ਨਾ ਇੱਕ ਸਾਰੇ ਇੱਕ ਦੂਜੇ ਨੂੰ ਉਹਨਾਂ ਲੇਡੀਜ਼ ਨੂੰ ਵਿਸ਼ ਕਰ ਰਹੇ ਸੀ ਹੈਪੀ ਵੈਲੈਂਟਾਈਨ ਡੇ, ਤੇ ਉੱਥੇ ਇੱਕ ਉਹਦੀ ਅਫਰੀਕਨ ਲੇਡੀ ਸੀ, ਅਫਰੀਕਨ ਅਮੈਰੀਕਨ, ਉਹ ਵੀ ਇੰਨੀ ਕੈਲਕੁਲੇਟੀ, ਤੇ ਉਹਨੇ ਵੀ ਬਾਹਰ ਜਾ ਕੇ ਮੈਂ ਉਹ ਜਿਸ ਨਿਕਲੀ ਉਹਨੇ ਵੀ ਬੜੀ ਮਤਲਬ ਆਈ ਆਲਸੋ ਸੈਡ ਟੂ ਹਰ ਹੈਪੀ ਵੈਲੈਂਟਾਈਨ ਡੇ, ਉਹ ਇੰਨੀ ਖੁਸ਼ ਹੋਈ। ਮੈਂ ਕਿਹਾ ਤੇਰੇ ਦਿਲ ਦੇ ਅੰਦਰ ਜੋ ਤੇਰੀ ਖੂਬਸੂਰਤੀ ਜਿਹੜੀ ਤੇਰੇ ਦਿਲ ਦੀ ਹੈ ਨਾ, ਆਮ ਐਪਰੀਸ਼ੀਏਟਿੰਗ ਦੈਟ। ਵਾਓ, ਇਹ ਨਹੀਂ ਕਹਿੰਦਾ ਕਿ ਵਾਈਟ ਹੋਣਾ ਹੈ ਕਿ ਬੜਾ ਵੱਡਾ ਮਾਨ ਹੁੰਦਾ, ਉਹਦੀ ਵੈਸ਼ੀ ਇਜ਼ ਵੈਲੈਂਟਾਈਨ, ਯੂ ਆਰ ਆਲਸੋ ਵੈਲੈਂਟਾਈਨ ਆਫ ਦਿਸ ਵਰਲਡ ਦਿਸ ਕੰਟਰੀ। ਉਹ ਕਹਿੰਦੀ ਕਿ ਮੈਨੂੰ ਉਹਦੇ ਅੱਖਾਂ ਚ ਆਸੂ ਆ ਗਏ, ਐਂਡ ਸ਼ੀ ਸੈਡ Thank you so much. ਹਾਂਜੀ, ਬਹੁਤ ਯੂ ਨੋ ਇਟਸ ਵੈਰੀ, ਇਹ ਬਿਲਕੁਲ ਸੈਲੀਬ੍ਰੇਸ਼ਨ ਦੀ ਗੱਲ ਹੈ ਕਿ ਵਿਮੈਨ ਵਾਕਈ ਇਸ ਵੇਲੇ ਅਗਰ ਓਵਰਆਲ ਦੇਖੀਏ ਨਾ, ਤਾਂ ਅਸੀਂ ਕਹਿੰਦੇ ਹਾਂ ਨਾ ਕਿ ਤਰੱਕੀ ਤਾਂ ਕਰਦੇ ਹਾਂ ਜਦੋਂ ਅਸੀਂ ਦੇਖੀਏ ਵੀ ਕਿ ਅਸੀਂ ਕਾਫੀ ਤਰੱਕੀ ਕੀਤੀ ਵੀ ਹੈ, ਇਸ ਵੇਲੇ ਵੀ ਅਸੀਂ ਬੜੀ ਅੱਛੀ ਪੋਜੀਸ਼ਨ 'ਚ ਹਾਂ, ਪਰ ਹਾਲੇ ਵੀ ਕਹਿੰਦੇ ਹਾਂ ਨਾ ਦਿੱਲੀ ਦੂਰ ਹੈ, ਦੇਰ ਇਜ਼ ਸੋ ਮੱਚ ਮੋਰ ਵਰਕ ਟੂ ਬੀ ਡਨ, ਕਿਉਂਕਿ ਬੜੀ ਜਗ੍ਹਾ ਦੇ ਉੱਤੇ ਹੈ ਜਿੱਥੇ ਕਿ ਹਾਲੇ ਵੀ ਵਿਮੈਨ ਇਨਸਲਟ ਵੀ ਹੋ ਰਹੀ ਹੈ, ਉਹਦੀ ਉਹਨੂੰ ਨਾ ਕੁਛ ਸਮਝਿਆ ਜਾ ਰਿਹਾ, ਉਹ ਸਾਰਾ ਕੁਛ ਵੀ ਹੋ ਰਿਹਾ, ਇੰਡੀਵਿਜੁਅਲ ਸਮਾਲ ਫੈਮਿਲੀ ਲੈਵਲ 'ਤੇ ਵੀ, ਕਮਿਊਨਿਟੀ ਲੈਵਲ 'ਤੇ ਵੀ, ਵਰਕ 'ਤੇ ਵੀ। ਸੋ ਕੰਮ ਅੱਛਾ ਹੋਇਆ ਬਟ ਸਲੋ ਜਾ ਰਿਹਾ, ਸੋ ਹੁਣ ਜ਼ਰੂਰ ਇਹ ਹੈ ਕਿ ਅਸੀਂ ਸਾਰੇ ਜਾਗਰਿਤ ਹੋਈਏ, ਸਾਰੇ ਅਵੇਅਰ ਹੋਈਏ ਕਿ ਸਾਡੀ ਸਾਰਿਆਂ ਦੀ ਕੰਟਰੀਬਿਊਸ਼ਨ ਇਹਦੇ 'ਚ ਬੜੀ ਇੰਪੋਰਟੈਂਟ। ਅਸੀਂ ਸੋਚਦੇ ਹਾਂ ਇੱਕ ਵੱਡੇ ਲੈਵਲ 'ਤੇ ਹੀ ਕੋਈ ਕੁਛ ਕਰ ਸਕਦੇ, ਨਹੀਂ, ਇੱਕ ਇੱਕ ਬੰਦਾ ਇੱਕ ਥੋਟ ਚੇਂਜ ਕਰਨ ਨਾਲ, ਇੱਕ ਐਕਸ਼ਨ ਲੈਣ ਨਾਲ ਜ਼ਰੂਰ ਕਰ ਸਕਦਾ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਤੁਸੀਂ ਕਾਲ ਜ਼ਰੂਰ ਕਰੋ ਅਤੇ ਮੈਂ ਅੱਗੇ ਗੱਲ ਕੰਟੀਨਿਊ ਕਰਾਂਗੀ। ਸਾਰਿਆਂ ਦਾ ਫਿਰ ਸਵਾਗਤ ਹੈ। ਓਕੇ, ਵਨ ਮੋਰ ਫਰੋਮ ਮਾਈ ਸਾਈਡ। ਆਈ ਥਿੰਕ ਜਿਸ ਤਰ੍ਹਾਂ ਹਰਮਿੰਦਰ ਜੀ ਨੇ ਕਿਹਾ, ਮੈਂ ਅੱਜ ਕਮਿਟ ਕਰਦੀ ਹਾਂ ਕਿ ਸਾਰੇ ਭਾਵੇਂ ਮਜ਼ਾਕ 'ਚ ਕਹਿ ਰਹੇ ਹੋਣ ਅਤੇ ਭਾਵੇਂ ਯੂ ਨੋ ਗੁੱਸੇ 'ਚ ਕਹਿ ਰਹੇ ਹੋਣ, ਕਈ ਗੱਲਾਂ, ਜੋਕਸ, ਗਾਲਾਂ ਸਾਰੀਆਂ ਕਹਿ ਕਿਸੇ ਹੋਰ ਨੂੰ ਰਹੋ, ਪੈਂਦੀ ਵੂਮਨ ਨੂੰ ਹੈ। ਆਈ ਵਿਲ ਪੁਆਇੰਟ ਆਊਟ ਐਂਡ ਸ਼ੋ ਮਾਈ ਯੂ ਨੋ ਡਿਸਪਲੇਜਰ ਕਿ ਨਹੀਂ ਇਹ ਗਲਤ ਹੈ। ਆਈ ਵਿਲ ਟੇਕ ਇਟ ਅ ਸਟੈਪ, ਭਾਵੇਂ ਉਹ ਕਹਿੰਦੇ ਨਾ ਕਿ ਲੋਕ ਕਹਿਣਗੇ ਉਹ ਹੋ ਅਸੀਂ ਤਾਂ ਮਜ਼ਾਕ ਹੀ ਕਰ ਰਹੇ ਹਾਂ, ਤੁਸੀਂ ਮਜ਼ਾਕ ਵੀ ਨਹੀਂ ਸਮਝਦੇ। ਨਹੀਂ, ਮਜ਼ਾਕ ਇੱਕ ਹੱਦ ਤੱਕ ਹੁੰਦਾ,
ਲੇਕਿਨ ਉਹ ਹੱਦ ਇਸ ਵੇਲੇ ਸਾਡੀ ਮੈਂਟਲ ਮੇਕਅਪ ਬਣਾ ਰਹੀ ਹੈ। ਵਿਮੈਨ ਆਪਣੇ ਆਪ ਨੂੰ ਉਂਝ ਸੋਚਣ ਲੱਗ ਗਈ ਹੈ ਜਸਟ ਬਿਕੋਜ਼ ਸਦੀਆਂ ਤੋਂ ਅਸੀਂ ਉਹਦੀ ਕੌਸ ਦੇ ਉੱਤੇ ਮਜ਼ਾਕ ਕਰ ਰਹੇ ਹਾਂ। ਸੋ ਆਈ ਵਿਲ ਪੁਆਇੰਟ ਦੈਟ ਆਊਟ ਫਰੋਮ ਟੂਡੇ। ਹੋਰ ਲੈਂਦੇ ਹਾਂ ਕਾਲ, ਦੇਖਦੇ ਹਾਂ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਪਲੀਜ਼ ਫੋਨ ਵੱਲ ਧਿਆਨ ਦਿਆ ਕਰੋ। ਹੈਲੋ, ਆਈ ਐਮ ਸੋ ਸੋਰੀ, ਆਈ ਹੈਵ ਟੂ ਕੱਟ ਯੋਰ ਕਾਲ, ਪਲੀਜ਼ ਦੁਬਾਰਾ ਕਾਲ ਕਰੋ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਰਵਿੰਦ ਜੀ, ਮੈਂ ਉਹ ਗੱਲ ਕਹਿਣਾ ਕਿ ਜਿਹੜੀ ਮਮਤਾ ਹੈ ਨਾ, ਇਹ ਬਾਈ ਨੇਚਰ ਹੈ ਮਾਂ ਦੇ ਵਿੱਚ ਜਾਂ ਲੇਡੀ ਦੇ ਵਿੱਚ, ਚਾਹੇ ਉਹ ਵਿਆਹੀ ਹੈ ਚਾਹੇ ਨਹੀਂ ਵਿਆਹੀ। ਆਈ ਐਗਰੀ ਬਿਲਕੁਲ ਗੁਰਦੀਪ ਜੀ, ਇਹ ਜਿਹੜੀ ਨੇਚਰ ਹੈ ਨਾ, ਇਹ ਤੁਸੀਂ ਜਿੱਦਾਂ ਕਿਹਾ ਨਾ ਵੀ ਕਿੰਨੀ ਵੀ ਐਫਰਟ ਕਰਨੀ ਚਾਹੀਦੀ ਹੈ ਔਰ ਜਿੰਨੀ ਮਰਜ਼ੀ ਕਰ ਲਓ, ਪਰ ਉਹਦੀ ਜਿਹੜੀ ਬਾਈ ਨੇਚਰ ਹੈ, ਇਹ ਜਾਨਵਰਾਂ 'ਚ ਵੀ ਆ, ਮਾਂ ਉੱਥੇ ਵੀ ਜ਼ਿਆਦਾ ਖਿਆਲ ਰੱਖਦੀ ਹੈ ਆਪਣੇ ਬੱਚਿਆਂ ਦਾ, ਇਹ ਬਾਈ ਨੇਚਰ ਆ। ਤੁਸੀਂ ਕਿੰਨੀ ਵੀ ਐਫਰਟ ਲਗਾ ਲਓ ਪਰ ਮਾਂ ਕਰੇਗੀ ਕਰੇਗੀ, ਬਾਈ ਨੇਚਰ ਹੈ ਜੀ। ਸੋ ਮਾਂ ਦੀ ਜਗ੍ਹਾ ਜਾਂ ਲੇਡੀ ਦੀ ਜਗ੍ਹਾ ਕੋਈ ਵਾਕਈ ਨਹੀਂ ਲੈ ਸਕਦਾ, ਲੇਡੀ ਦੀ ਬਹੁਤ ਰਿਸਪੈਕਟ ਕਰਨੀ ਚਾਹੀਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਆਈ ਐਗਰੀ ਵਿਦ ਯੂ ਗੁਰਦੀਪ ਜੀ, ਪਰ ਆਈ ਵਿਲ ਟੇਕ ਦਿਸ ਓਪਰਚੁਨਿਟੀ ਅਗੇਨ ਟੂ ਸੇ ਕਿ ਅਸੀਂ ਬਹੁਤ ਵਾਰੀ ਨਾ ਵੁਮਨ ਐਜ਼ ਅ ਮਦਰ, ਐਜ਼ ਅ ਸਿਸਟਰ, ਐਜ਼ ਅ ਡਾਟਰ, ਬਿਲਕੁਲ ਠੀਕ ਹੈ ਕਿ ਬਈ ਇੰਡੀਵਿਜੂਅਲ ਲੈਵਲ ਤੇ ਵੀ ਉਹ ਇਨਫ ਹੈ, ਈਵਨ ਇਫ ਕੋਈ ਰਿਲੇਸ਼ਨਸ਼ਿਪ ਤੋਂ ਬਾਹਰ ਵੀ ਸ਼ੀ ਇਜ਼ ਇਨਫ ਇਨ ਹਰ ਸੈਲਫ। Yeah. So yeah, thank you so much. Really appreciate, really appreciate. Ji, ana nu puchte hain ki keh rahe ne. Hello. Hello. Hello, Satshikal ji. Satshikal ji, kaun bol rahe ho? Main Shimsher Randhawa bolda pen ji Malwaki ta. Haan ji, swagat hai. Bahut arsa hoya thodi awaaz sune. Bahut khush hoyi tusi call kiti. Thank you so much. Haan ji. Haan ji, pen ji main pehla te ek gal kahunga ki sariyan pehna maava pehna nu happy woman day ਜੀ। ਤੇ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਪੰਜਾਬ ਦੇ ਜਿੰਨੇ ਵੀ ਪੋਲੀਟੀਸ਼ੀਅਨ ਹੁਣ ਤੱਕ ਰੌਲਾ ਪਾਉਂਦੇ ਸੀ ਜੀ, ਵੀ ਆਰ ਗੋਇੰਗ ਟੂ ਗਿਵ ਫੁੱਲ ਪਾਵਰਸ ਟੂ ਵੁਮਨਸ, ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਕਿਸਾਨ ਲੀਡਰਾਂ ਨੇ। ਜਿੰਨੇ ਫਾਰਮਰ ਪ੍ਰੋਟੈਸਟ ਤੇ ਲੀਡ ਕਰ ਰਹੇ ਆ, ਉਹਨਾਂ ਨੇ ਪੋਲੀਟੀਸ਼ੀਅਨਾਂ ਦੇ ਮੂੰਹ ਤੇ ਇੱਕ ਥੱਪੜ ਮਾਰਿਆ, ਦਿਸ ਇਜ਼ ਹਾਓ ਯੂ ਗਿਵ ਦਾ ਪਾਵਰ ਟੂ ਵੁਮਨਸ। ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ। ਤੁਹਾਡੀ ਅੱਜ ਕੁਝ ਖਾਸ ਕੀ ਕਰੋਗੇ ਤੁਸੀਂ? I always support my daughter the best I can. Never, I trust her the most. Bahut badhiya, bahut badhiya. Thank you so much ji, thank you so much for all the men and women who trust us. Kehne ki sade te bharosa karo. I think ik ajj da step hor kujh na sune sujje te eh zarur hai ki we trust, because mainu feeling hai, I know I can be biased about this being a woman, ਕਿ ਸਾਡੀ ਇੰਟੂਟਿਵ ਪਾਵਰ ਬੜੀ ਹੈ। ਵਾਹਿਗੁਰੂ ਨੇ ਇੱਕ ਇੰਟੂਟਿਵ ਪਾਵਰ ਸਾਨੂੰ ਦਿੱਤੀ ਹੈ, ਬਟ ਕਿਉਂਕਿ ਓਵਰ ਦਾ ਟਾਈਮ ਅਸੀਂ ਉਹਨੂੰ ਸੁਣਦੇ ਨਹੀਂ, ਜਾਂ ਦੂਜਿਆਂ ਤੋਂ ਇਹ ਮੈਸੇਜ ਮਿਲਦਾ ਹੈ ਕਿ ਤੁਸੀਂ ਉਹਨੂੰ ਨਾ ਸੁਣੋ, ਨਹੀਂ ਸੁਣਨਾ, ਨਹੀਂ ਸੁਣਨਾ, ਅਸੀਂ ਉਹਨੂੰ ਸਨੱਬ ਕਰਦੇ ਰਹਿੰਦੇ ਹਾਂ, ਫਿਰ ਸਾਡੀ ਉਹ ਇੰਟੂਟਿਵ ਪਾਵਰ ਸ਼ਾਇਦ ਚੁੱਪ ਕਰਕੇ ਬੈਠ ਜਾਂਦੀ ਹੈ। ਹੁੰਦੀ ਸਾਰਿਆਂ 'ਚ ਹੈ ਪਰ ਚੁੱਪ ਕਰਕੇ ਬੈਠ ਜਾਂਦੀ ਹੈ। ਸੋ ਆਈ ਵੁੱਡ ਯੂ ਨੋ ਪਲੀਡ, ਹੱਥ ਜੋੜ ਕੇ ਸਾਰਿਆਂ ਨੂੰ ਕਿ ਜ਼ਰੂਰ ਆਪਣੀ ਇੰਟਿਊਸ਼ਨ ਦੀ ਸੁਣੀਏ। ਕੱਲ੍ਹ ਖਾਸ ਤੌਰ 'ਤੇ ਇਸ ਬਾਰੇ ਵੀ ਅਸੀਂ ਇੱਕ ਬਹੁਤ ਵੱਡੇ ਯੂ ਨੋ ਇੱਕ ਖੂਬਸੂਰਤ ਆਰਟਿਸਟ ਨੂੰ ਵੀ ਲੈ ਕੇ ਆ ਰਹੇ ਹਾਂ, ਜਿਹੜੇ ਕਿ ਤੁਹਾਨੂੰ ਇਹ ਦੁਬਾਰਾ ਰੀਇਨਫੋਰਸ ਕਰਨਗੇ ਕਿ ਇੰਟਿਊਸ਼ਨ ਦੀ ਸੁਣਨੀ ਔਰ ਕਿੰਨਾ ਜ਼ਰੂਰੀ ਹੈ ਹੈਲਥ ਵਾਸਤੇ ਵੀ। ਸੋ ਲੈਟ ਮੀ ਟੇਕ ਅ ਸ਼ੋਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਕਾਲ ਜ਼ਰੂਰ ਕਰੋ ਅਤੇ ਮੇਰੇ ਨਾਲ ਗੱਲ ਕਰੋ। ਸਾਰਿਆਂ ਦਾ ਫਿਰ ਸਵਾਗਤ ਹੈ, ਔਰ ਮੈਂ ਇੱਕ ਮੈਸੇਜ ਮੇਰੀ ਫਰੈਂਡ ਗਗਨਿੰਦਰ ਦਾ ਆਇਆ, ਕਹਿੰਦੇ ਕਿ ਪਲੀਜ਼ ਸਾਰੇ ਕਹਿੰਦੇ ਮਲਟੀ ਟਾਸਕਰ ਹੈ, ਵੁਮਨ ਮਲਟੀ ਟਾਸਕਰ ਹੈ, ਬਸ ਕਰੋ ਮਲਟੀ ਟਾਸਕਰ ਕਹਿਣਾ ਉਹਨੂੰ। ਕਹਿੰਦੀ ਹੈ ਕਿ ਜ਼ਰੂਰ ਤੁਸੀਂ ਉਹਨਾਂ ਦੇ ਹੱਥ ਵਟਾਓ, ਇਸ ਚੀਜ਼ ਦੀ ਤਾਰੀਫ ਨਾ ਕਰਦੇ ਰਹੋ ਕਿ ਉਹ ਲੌਂਡਰੀ ਪਾ ਕੇ ਕਿਚਨ 'ਚ ਕਰ ਲੈਂਦੀ ਹੈ, ਬੇਬੀ ਨੂੰ ਵੀ ਚੁੱਕ ਕੇ ਸਾਰਾ ਕੁਝ ਕਰ ਲੈਂਦੀ ਹੈ, ਉਹਨਾਂ ਬੇਬੀ ਨੂੰ ਤੁਸੀਂ ਚੁੱਕ ਲਓ, ਲੌਂਡਰੀ ਤੁਸੀਂ ਕਰ ਲਓ, ਸੋ ਘਰ ਦੇ ਜਿਹੜੇ ਕੰਮ ਹੈਗੇ ਆ ਉਹਦੇ ਵਿੱਚ ਹੱਥ ਵਟਾਓ। ਸੋ ਬਹੁਤ ਵਧੀਆ, ਐਂਡ ਦੈਟਸ ਵਾਟ ਸ਼ੀ ਸੇਜ਼ ਕਿ ਆਈ ਐਮ ਗੋਇੰਗ ਟੂ ਫੋਲੋ ਦਿਸ ਫਰੋਮ ਟੂਡੇ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਵਿੰਦ ਜੀ। ਹਾਂਜੀ ਵਰਿੰਦਰ ਜੀ, ਥੈਂਕ ਯੂ ਫੋਰ ਕਾਲਿੰਗ, ਦੱਸੋ। ਹਾਂਜੀ, ਅੱਜ ਦਾ ਦਿਨ ਇਹ ਸਾਨੂੰ ਅਹਿਸਾਸ ਦਿਲਾਉਂਦਾ ਹੈ ਕਿ
you have to celebrate women every day. Mm-hmm. क्यों celebrate करना है? इस करके कि औरत जड़ा है एक एहसास है और एक ईमान है साड़ा और बगैर औरत दे असी अधूरे है गया. Mm-hmm. मैं बचपन तो ही मैं पता लग गया सी जब मैं स्कूल च पढ़ता सा कि जिस सब्जेक्ट च मैं कमजोर होता सी मेरी सहेलियां ने मैं जबरदस्ती बिठाना पढ़ा देना और मैं ट्यूटर करना जी जी इस करके कि मेरे मार्क्स अच्छे हो जान. बाद विच जिसले वड्डा होया तो फिर मनु एहसास होया कि औरत एक्सपेक्ट करती है कि यू शुड बी अ मैन, यू शुड बी एबल टू हैंडल थिंग्स योरसेल्फ. तुसी तुहाडी दिमागी तौर ते, जिस्मानी तौर ते, इखलाकी तौर ते तुसी तंदुरुस्त हो, औरत तां तुहानू पसंद करती है. और ये एक अपलिटी नहीं करती, शी इज डूइंग दैट ताकि तुसी इम्प्रूव करो. एक वो अपने लिए नहीं कर रही इस करके के तुसी इम्प्रूव करो, तुसी सेहतमंद होवो ताकि औरत नु फखर होवे शी हैज अ गुड मैन, अ रियल मैन, MAN, नॉट एन ऑर्डिनरी पर्सन. ते तानो जड़ा एहसास दिलाना है ये औरत का काम है. और हुन सवाल ये पैदा होता है ब्रिंदा जी, आज दी कमिटमेंट दसो तुसी, समा बड़ा थोड़ा रह गया, आई एम सॉरी, बट कमिटमेंट की आज की करोगे तुसी? मैं आज कुछ नहीं कर सकता क्योंकि जो भी करदा मैं थोड़ा मन समझ आ जल्दी कि हले भी पूरा नहीं है, बहुत थोड़ा है. सो आई विल कंटिन्यू टू इम्प्रूव व्हाट आई डू फॉर हर. जी 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 जी. Overall, women waste and for your, you know, the woman for in your life also. Because it has to be continuity. It has to be every moment. Absolutely. ये नहीं है कि आज करता थे मैं आसान कर सा. नहीं. Absolutely. That's a great, great, you know, तुसी जड़ी गल कह रहे हो. क्योंकि thank you so much, Brinda ji. बहुत वधिया है कि ज़रूर एक दिन करने वाली चीज़ नहीं है पर एक commitment ऐसी आज एक चीज़ दी ज़रूर मांग रहे हैं. Hello. हेलो. हाँ जी. हाँ जी अरविंद जी, वाहेगुरु जी का खालसा. भाई खालसा वाज फतेह जी, दसो की कहोगे? कहने वास्ते तो बहुत कुछ है जी, लेकिन कोशिश कर रहा हूं कि मतलब मैं छोटा और जल्दी करूं. 1 मिनट. हाँ जी, 1 मिनट विच. श्योर. और तो पहला सब तो आज जो देना हो तो बताइए आप जी. बहुत बहुत जी. जो दूसरी गल हैगी है कि औरत नूं देखना जी इस नजरिए दे नाल, असीं ते खास करके साडा इलाका जिहड़ा एशिया हैगा देखदा ਉਹ ਮਤਲਬ ਤੁਹਾਨੂੰ ਨੀਵੇਂ ਹਿਸਾਬ ਨਾਲ ਦੇਖਦਾ. ਹਾਂਜੀ. ਲੇਕਿਨ ਅਗਰ ਬਰਾਬਰਤਾ ਦੀ ਗੱਲ ਕੀਤੀ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪਣਾ ਹੁਣ ਤੱਕ ਜਿਹੜੀ ਗੱਲ ਆ ਉਹ ਜੋ ਔਰਤ ਨੂੰ ਮਤਲਬ ਮਾਨ ਸਨਮਾਨ ਮਿਲਣਾ ਚਾਹੀਦਾ ਉਹ ਅਸੀਂ ਨਹੀਂ ਦੇ ਸਕੇ. ਜੀ. ਮੈਂ ਪਰਸਨਲੀ ਆਪਣੇ ਚਾਹੇ ਉਹ ਸਾਡੇ ਸਕੂਲ ਦੇ ਵਿੱਚ ਗਰਲਸ ਦੇ ਨਾਲ ਰਿਲੇਸ਼ਨ ਸਨ, ਚਾਹੇ ਕਾਲਜ ਵਿੱਚ ਸੀ, ਚਾਹੇ ਬਾਹਰ ਸੀ ਸੋਸਾਇਟੀ, ਚਾਹੇ ਅੱਜ ਹੈ, ਔਰ ਸਾਡੀ ਵਾਈਫ ਦੀ ਮਤਲਬ ਮੇਰੀ ਲਵ ਕਮ ਅਰੇਂਜ ਮੈਰਿਜ ਆ. ਕਿਸੇ ਵੇਲੇ ਜਿਲ੍ਹੇ ਮੈਰਿਜ ਹੋਣੀ ਸੀ ਕਿਸੇ ਵੇਲੇ ਦੇਖਿਆ ਜਾਂਦੇ ਕੁੜੀ ਦਿੱਲੀ ਦੀ, ਮੁੰਡਾ ਪੰਜਾਬ ਦਾ, ਇਹ ਭਾਪੇ ਨੇ, ਜੱਟ ਨੇ, ਇਹ ਸਾਰਾ ਕੁਛ. ਹੁਣ ਤੋਂ ਬਾਅਦ ਜੋ ਕੁਛ ਅੱਜ ਮੈਨੂੰ ਦੇਖ ਰਿਹਾ ਮੇਰੀ ਕੇਅਰ ਵੀ ਕਰਦੀ ਆ, ਪਾਰਕਿੰਸਨਸ ਡਿਜ਼ੀਜ਼ ਆਪਣਾ ਡਿਊਟੀ ਵੀ ਕਰਦੀ ਆ, ਘਰ ਦਾ ਵੀ ਦੇਖਦੀ ਆ, ਸਭ ਕੁਛ ਕਰਦੀ ਆ. ਜੋ ਔਰਤ ਕਰ ਸਕਦੀ ਉਹਦੇ ਲਈ ਇੱਕ ਹੈਟਸ ਔਫ ਹੈ. ਅਤੇ ਮੈਂ ਕਹਿੰਦਾ ਕਿ ਜੋ ਮਹਾਰਾਜ ਨੇ ਸਤਿਕਾਰ ਦਿੱਤਾ ਔਰਤ ਨੂੰ, ਉਹ ਸਾਨੂੰ ਵੀ ਅਕਲ ਆਵੇ ਪਰਮਾਤਮਾ ਦੇਵੇ ਤਾਂ ਅਸੀਂ ਔਰਤ ਨੂੰ ਸਤਿਕਾਰ ਦੇ ਸਕੀਏ. ਜੀ ਜੀ, ਬਹੁਤ ਵਧੀਆ, थैंक यू सो मच. कुछ खास तौर पर अज तुसी कमिट कर दे हो कि मैं यह करांगा, भावे एक औरत वास्ते भावे जनरली वुमेन वास्ते. मैं सारिया औरतों वास्ते सोचता क्योंकि सब तो वड्डा सत्कार की जिहड़ी गल है, क्योंकि जो औरत का कॉन्ट्रीब्यूशन है दुनिया के, चाहे वह बच्चे जन्म देना, चाहे रिलेशनशिप में कर देना, पेके छड़ के सहुरियां दे विच आना, ओके उन्होंने सहुरियां नूं आके अपने पेके वांगू अपनाउणा, असीं तां सस बन जांदे फटाफट, मेरी नूह है. ਲੇਕਿਨ ਜਿਹੜੀ ਨੂੰਹ ਬਣ ਕੇ ਆਈ ਆ ਉਹ ਕੀ ਕੁਛ ਛੱਡ ਕੇ ਆਈ ਆ, ਕਿੰਨਾ ਸੈਕਰੀਫਾਈਸ ਉਹਦਾ, ਉਹਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ. ਸੋ ਇਸ ਚੀਜ਼ ਦਾ ਅਹਿਸਾਸ ਤੁਸੀਂ ਅੱਜ ਕਰੋਗੇ ਕਿ ਯੂ ਨੋ ਉਹ ਆਪਣੀ ਜਗ੍ਹਾ ਛੱਡ ਕੇ ਆਏ ਨੇ. ਸੋ ਅੱਜ ਵਾਸਤੇ ਕੀ ਕਹਿ ਰਹੇ ਹੋ? ਅੱਜ ਵਾਸਤੇ ਮੈਂ ਇਹ ਕਹਿ ਰਿਹਾ ਕਿ ਮਤਲਬ ਕਿ ਮੈਨੂੰ ਹੁਣ ਅਹਿਸਾਸ ਹੋ ਰਿਹਾ. ਹਾਂ, ਜਦੋਂ 65 ਸਾਲ ਦੀ ਉਮਰ 'ਚ ਕੱਟ ਕੇ 66 'ਚ ਆ ਗਿਆ.
जी 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 बहुत बढ़िया, थैंक यू सो मच फॉर शेयरिंग कि एहसास है गया अज कि यू नो किन्ना कसी हमेशा उस चीज को इग्नोर करती है। हेलो हां जी, हां जी, मैं एक और कमिटमेंट करनी सी एज ए टीचर। श्योर, मैं अपने स्कूल दे बच्चियां नु जिसना कल काम कराया जी। मैं क्या तुसी पांच सेंटेंसेस अपनी भैन वास्ते अच्छे लिखो ते मुंडियां नु क्या पांच कुड़ियां नु क्या पांच सेंटेंसेस अपने भरा वास्ते अच्छे लिखो। कुड़ियां ने ते लिख दिते ते मुंडे कहंदे ने साडी भैन च कोई गल चंगी है ही होई नहीं। सो इत्थे मैं कहंगी पेरेंट्स नु मदर्स नु के बच्चा मुंडियां नु भैणां दी कुड़ियां दी रिस्पेक्ट करनी सिखाण, उन्हां नु दसन के ओ तुहाडियां भैणां ने, तुसी उन्हां ते बिलीव करो, उन्हां नु कुड़ियां नु किवें स्पेस दसनी है तां के वड्डे हो के लेटर लाइफ विच ओ रिस्पेक्ट कर सकन। ਜਿਹਦੇ ਵਿੱਚ ਔਰਤ ਤੇ ਮਰਦ ਦੋਨੇ ਜਿਹੜੇ ਆ ਪਰਮਾਤਮਾ ਬਾਹਰ ਭੇਜਦਾ। ਇਸ ਕਰਕੇ ਜਿੱਦਾਂ ਜਿਹੜੀ ਸੋਸਾਇਟੀ ਦੀ ਸਟਰਗਲ ਇਸ ਵੇਲੇ ਹੈਗੀ ਆ ਉਹ ਇਹ ਹੈਗੀ ਆ ਕਿ ਮਰਦ ਨੇ ਆਪਣੀ ਫਿਜ਼ੀਕਲ ਐਬਿਲਿਟੀ ਦੇ ਕਰਕੇ ਉਹਨੇ ਸੋਚ ਲਿਆ ਕਿ ਔਰਤ ਜਿਹੜੀ ਆ ਨਕਾਰਾ ਹੈਗੀ ਆ, ਤੇ ਹੁਣ ਜਿਹੜੀ ਸਾਰੀ ਜੱਦੋਜਹਿਦ ਹੈਗੀ ਔਰਤ ਦੀ ਉਹ ਇਹੀ ਆ ਕਿ ਤੱਕੜੀ ਦੇ ਦੋ ਪੱਲਿਆਂ ਦੀ ਤਰ੍ਹਾਂ ਇੱਕ ਦੂਜੇ ਦਾ ਸਤਿਕਾਰ ਤੇ ਪਿਆਰ ਜਿਹੜਾ ਹੋਣਾ ਚਾਹੀਦਾ ਔਰ ਕੋਈ ਡਿਫਰੈਂਸ ਨਹੀਂ ਹੋਣੀ ਚਾਹੀਦੀ ਫਿਜ਼ੀਕਲ ਲੈਵਲ ਤੇ, ਕਿਉਂਕਿ ਸਪਿਰਚੁਅਲ ਲੈਵਲ ਤੇ ਉਹਨੂੰ ਪਰਮਾਤਮਾ ਨੇ ਘੱਟ ਨਹੀਂ ਕੀਤਾ ਇੱਕ ਦੂਜੇ ਨਾਲੋਂ। ਸੋ ਜਿੱਦਾਂ ਮੇਰੀ ਕਮਿਟਮੈਂਟ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਕਮਿਟਮੈਂਟ ਤਾਂ ਇਹੀ ਹੈ ਸਭ ਤੋਂ ਪਹਿਲਾਂ ਕਿ ਮੈਂ ਆਪਣੇ ਆਪਣੀ ਜਿਹੜੀ ਮੇਰੇ ਅੰਦਰ ਪਰਮਾਤਮਾ ਨੇ ਸ਼ਕਤੀ ਪੈਦਾ ਮੇਰੇ ਅੰਦਰ ਦਿੱਤੀ ਹੋਈ ਆ ਉਹਨੂੰ ਰੈਕਗਨਾਈਜ਼ ਕਰੀ ਜਾਵਾਂ। ਬਿਕਾਜ਼ ਇਟਸ ਵੈਰੀ ਇੰਪੋਰਟੈਂਟ ਕਿ ਮੈਂ ਇਹ ਰੈਕਗਨਾਈਜ਼ ਕਰਾਂ ਕਿ ਮੇਰੇ ਅੰਦਰ ਵੀ ਉਹੀ ਸ਼ਕਤੀ ਹੈ ਜਿੱਦਾਂ ਅੱਜ ਤੱਕ ਦੇਰ ਅਬਾਊਟ ਦ ਟਾਈਮ ਆਈ ਡਿਡਨਟ ਅੰਡਰਸਟੈਂਡ ਦੈਟ। ਸਤਵੰਤ ਜੀ ਬਹੁਤ ਵਧੀਆ ਕਿ ਤੁਸੀਂ ਇਹ ਕਹਿ ਰਹੇ ਹੋ, ਬਿਕੋਜ਼ ਬੜੀਆਂ ਸਾਰੀਆਂ ਵਿਮੈਨ ਦੀ ਇਹ ਸਾਡੀ ਕਮੀ ਰਹੀ ਹੈ ਕਿ ਅਸੀਂ ਆਪਣੇ ਆਪ ਨੂੰ ਨੀਵਾਂ ਸਮਝ ਕੇ ਸ਼ਾਇਦ ਉਹੀ ਅਸੀਂ ਵੈਲਿਊ ਇੰਪਾਰਟ ਹੋਈ ਹੈ ਸਾਨੂੰ ਬਿਲੀਫ ਸਿਸਟਮ ਇੰਨਾ ਕਿ ਜੇ ਮੈਂ ਆਪਣੇ ਆਪ ਨੂੰ ਨੀਵਾਂ ਰੱਖਾਂਗੀ ਤਾਂ ਉਹ ਮੇਰੀ ਵੈਲਿਊ ਹੈ, ਜੇ ਮੈਂ ਆਪਣੇ ਆਪ ਨੂੰ ਸਮਝਣ ਲੱਗ ਰਿਸ਼ਤੇ ਵਿੱਚ ਵੀ ਇਸ ਤਰ੍ਹਾਂ ਹੋਇਆ ਨਾ। ਜੀ 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 ਸੋਰੀ ਗੋ ਅਹੈਡ। ਹਾਂਜੀ ਸਾਨੂੰ ਪਰਮੇਸ਼ਰ ਵਿੱਚ ਵੀ ਇਸ ਤਰ੍ਹਾਂ ਮਿਲਿਆ ਕਿ ਔਰਤ ਦਾ ਇਹ ਫਰਜ਼ ਆ ਉਹਨਾਂ ਦੇਖੋ ਮਤਲਬ ਇਹਦੇ ਵਿੱਚ ਕੋਈ ਨਹੀਂ ਜਿਹੜੀ ਹੰਬਲਨੈਸ ਆ ਹਿਊਮਿਲਿਟੀ ਆ ਉਹ ਬਹੁਤ ਜ਼ਰੂਰੀ ਆ ਸਾਡੇ ਲਈ। ਸਾਨੂੰ ਔਰਤ ਨੂੰ ਇਹ ਵੀ ਯਾਦ ਰੱਖਣਾ ਆਪਣਾ ਕਿ ਇਹ ਹਿਊਮਿਲਿਟੀ ਇੱਕ ਸਾਡਾ ਗਹਿਣਾ ਔਰ ਸਭ ਤੋਂ ਵੱਡਾ ਗਹਿਣਾ ਇਹ ਹੈ, ਇਸ ਨੂੰ ਵੀ ਅਸੀਂ ਜਿਹੜਾ ਗੁਆਉਣਾ ਨਹੀਂ ਹੈ, ਪਰ ਉਹ ਹਿਊਮਿਲਿਟੀ ਇੰਨੀ ਵੀ ਨਾ ਹੋਵੇ ਕਿ ਸਾਡੇ ਉੱਤੋਂ ਸਾਨੂੰ ਰੋਂਦਿਆ ਜਾਵੇ। ਕਾਫੀ ਦੇਰ ਤੋਂ ਇਹ ਕਿ ਮੈਂ ਆਪਣੇ ਘਰ ਦੇ ਵਿੱਚ ਵੀ ਮੇਰੇ ਬੱਚੇ ਜਿਹੜੇ ਹੈਗੇ ਆ ਉਹ ਜਿਹੜੇ ਮੇਰੇ ਸੰਸ ਆ ਦੇ ਆਨਰ ਮਾਈ ਡਾਟਰ ਇਨ ਲਾਜ਼ ਔਰ ਇਹ ਮੈਂ ਉਹਨਾਂ ਨੂੰ ਹਰ ਵੇਲੇ ਕਹਿੰਦੀ ਹਾਂ ਆਈ ਵਿਲ ਸਟੈਂਡ ਆਈ ਵਾਂਟ ਟੂ ਸੀ ਦੈਟ ਇਕੁਆਲਿਟੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇਖਿਆ ਕਿ ਘਰਾਂ ਦੇ ਵਿੱਚ ਔਰਤ ਹੀ ਜਿਹੜੀ ਆ ਦੂਸਰੀ ਔਰਤ ਦੇ ਲਈ ਬਹੁਤ ਜ਼ਬਰਦਸਤ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਕਰਦੀ ਆ। ਸੋ ਉਹ ਚੀਜ਼ਾਂ ਨੂੰ ਵੀ ਮੈਂ ਆਪਣੀਆਂ ਫੈਮਿਲੀਆਂ ਦੇ ਵਿੱਚ ਵਾਚ ਕਰਾਂਗੀ ਔਰ ਉਹਨਾਂ ਨੂੰ ਗਾਈਡ ਕਰਾਂਗੀ ਕਿ ਉਹ ਆਨਰ ਕਰਨ ਹਰ ਔਰਤ। ਬਹੁਤ ਵਧੀਆ, ਥੈਂਕ ਯੂ ਸੋ ਮਚ ਸਤਵੰਤ ਜੀ, ਰੀਅਲੀ ਐਪਰੀਸ਼ੀਏਟ ਦਿਸ। ਇਹਨਾਂ ਨੂੰ ਪੁੱਛਦੇ ਆ ਕੀ ਕਹਿ ਰਹੇ ਨੇ। ਹੈਲੋ ਹੈਲੋ ਹੈਲੋ, ਹਾਂਜੀ ਸੁਦਰਸ਼ਨ ਜੀ, ਬਹੁਤ ਲੇਟ ਹੋ ਗਿਆ, ਬਹੁਤ ਦੇਰ ਤੋਂ ਮੈਂ ਬੋਲ ਰਹੀ ਸੀ, ਹੋਲਡ ਤੇ ਸੀਗੀ। ਸਤਿ ਸ੍ਰੀ ਅਕਾਲ। ਤੁਸੀਂ ਹੋਲਡ ਕਰਕੇ ਕਿਤੇ ਹੋਰ ਧਿਆਨ ਸੀ, ਆਈ ਹੈਡ ਟੂ ਕੱਟ ਦ ਕਾਲ, ਸੋ ਦੱਸੋ। ਹਾਂ, ਮੈਂ ਸਭ ਤੋਂ ਪਹਿਲੇ ਤੇ ਕਹਾਂਗੀ ਕਿ ਆਈ ਐਮ ਦ ਬੈਸਟ। ਗੁੱਡ, ਯੂ ਆਰ, ਯਾ, ਵੀ ਆਲ ਆਰ। ਸਵਾਲ ਐਵੇਂ ਕਿ ਮੈਂ ਮਾਂ ਹੂੰ, ਪਤਨੀ ਹੂੰ, ਬਹੂ ਹੂੰ, ਬੇਟੀ ਹੂੰ, ਬਹਿਣ ਵੀ ਹੂੰ, ਪਰ ਸਭ ਤੋਂ ਪਹਿਲੇ ਮੈਂ ਕੌਣ ਹੂੰ, ਕਿਆ ਹੂੰ, ਇਸੇ ਜਾਣੂ, ਪਹਿਚਾਨੂ, ਪਰਖੂ, ਸਭ ਤੋਂ ਪਿਆਰ ਕਰੂੰ, ਮੈਂ ਖੁਦ ਸੇ ਪਿਆਰ ਕਰੂੰ, ਮੈਂ ਜੈਸੀ ਹੂੰ, ਬੜੀਆ ਹੂੰ, ਇਸਕੇ ਬਾਅਦ ਮੁਝੇ ਕਭੀ ਕੋਈ ਨਾ ਕੋਈ ਸਮਝਾਏ। ਸਵਾਲ ਐਵੇਂ ਅਰਵਿੰਦ ਜੀ ਕਿ ਹੁਣ ਵੀ ਸਾਨੂੰ, ਕਿਉਂਕਿ ਜਿਹੜਾ ਸਮਾਜ ਹੈ ਪੁਰਸ਼ ਪ੍ਰਧਾਨ ਹੈ ਔਰ ਹਮੇਸ਼ਾ ਪੁਰਸ਼ ਪ੍ਰਧਾਨ ਰਹੇਗਾ, ਜੀ ਜੀ ਜੀ,
और बहुत टाइम लगेगा, पर सानू यह सवाल है कि अज भी सानू यह चीजा सुननिया पैंदियां ने। कोई कहेगा थोड़ी मोटी हो गई है, वेट कम करो, कोई कहेगा काम करके क्या करोगी, घर पे ध्यान दो, औरत हो जरा जोर से, बड़ा जोर से हंसती हो, कुछ तो शर्म किया करो, अरे तुम बोलती बहुत हो, जरा चुप भी रहा करो, भाई मैं जैसी हूँ बढ़िया हूँ, बस इसके आगे मुझे कुछ ना समझाना। आउटडेटेड लोगों के आउटडेटेड ताने दिल से मत लगाना, मैं जैसी हूँ बढ़िया हूँ। लोग कहेंगे आप तुम्हारी ड्रेस पहनने की उम्र नहीं है, सीधी सादी सलवार कमीज पहना करो, अरे वाइन पीती हो सबके सामने, बड़ी बदतमीज हो, चालू हो, गवार हो, छोटी सोच और छोटी बातें इन पर एक भी आंसू ना बहाना, बहाने देना, मैं जैसे हूँ बढ़िया हूँ, इसके आगे मुझे कुछ और ना समझाना। बहुत बढ़िया सवाल है वे कि असी बहुत कुछ है गया और बड़ी तरक्की कीती है, लेकिन उसके बावजूद भी असानू अजे वो स्थान नहीं मिलिया और ना ही मेरे ख्याल मिलेगा जो मिलेगा, क्योंकि पुरुष प्रधान समाज है। हाँ कोशिश, हाँ कोशिश जारी है क्योंकि पुरुष प्रधान समाज है जी। थैंक यू सो मच सुदर्शन जी, समा होर इजाजत नहीं दे रहे, पर वाकई सारिया दियां गल्लां अज जिहड़े इन्ने मैसेजेस इस खास तौर ते दिन ते फॉरवर्ड हो रहे ने, ओ भी उन्हां चों यूनीक कई ऐसियां चीज़ां गल्लां याद करांदियां जिहड़ियां कि यू नो थानूं वाकई ध्यान आंदा कि यू नो मदर सिस्टर वगैरह सब कुछ ठीक है, लेकिन वुमेन इज इनफ एज इज। सो मुकदी गल शॉर्टकट जरूर कहेंगे कि लेट हर बी इम्परफेक्ट, तुसी की परफेक्शन दे विच डब्बी च ना पाओ, उदे ते इन्ना प्रेशर ना पाओ, लेट हर बी, तुहाडा ज़्यादा बेहतर ध्यान रखेगी, साथ देगी, जस्ट वेन शी इज़ हैप्पी एंड शी इज़ जस्ट बीइंग, यू नो जिवें सतवान जी ने भी कहा कि स्पिरिट साडी सेम है और कोई कॉम्पिटिशन नहीं है। ये जी अनदर मैं कह रही थी, बड़े सारे टॉपिक्स इस आज दे दिन दिल कर रहे सी, बट एक सिंपली यही किया कि चलो आज की कमिट करें, जरूर इस बारे शो समझ के गल इत्थे ना मुका देना, बाद विच भी जरूर सोचना कि असी किने किने की कमिट किया है, मैं जो किया है, मैं चार बंदे होर जो कमिट किया मैं वो भी अपनी लिस्ट विच पावांगी, ता कि असी सारे एटलीस्ट यू नो एक दूजे का साथ दईए, तो एक छोटी कम्यूनिटी साड़ी जिहड़ी है गलबात परिवार है, उही साड़ा वड्डा यूनिवर्स भी है, उही साड़ा संसार भी है, वड्डा भी उसी तरह है। सो डेफिनेटली छोटिया छोटिया गल्लां दे नाल एक्शन थॉट्स नाल फिर एक्शनस नाल एक बिलीफ सिस्टम जो चलता आ रहा और असी इग्नोर करते रहे कि हाँ एन जी करनगे उनू यू नो खड़े हो जाना कि नहीं ये गलत है, ये सारिया चीज़ा प्यार नाल वो तो रब ने सानू दिता, वही ह्यूमिलिटी एंड यू नो हम्बलनेस वो सारा कुछ दिता है, पर एक हेल्दी ईगो किस तरह है, की हैगी है, की शक्ल है उस हेल्दी ईगो की, वो असी जरूर अकाल पुरख वाहिगुरु नू पुछिए, क्योंकि उन्हें सानू बनाया तो एक अपने आप नू जरूर पहचानिए, तो सब कुछ राह सौखा हो जाएगा। अज वास्ते इन्ना ही, सत श्री अकाल।